ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ, ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰ ਕ੍ਰਿਸ਼ਨ ਮਨਾਏ ਬਹੁ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸ਼ਾ, ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ, ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ, ਏਕ ਸਮੈਂ ਸ੍ਰੀ ਨਾਨਕ ਪਹੁੰਚੇ, ਕਾਸ਼ੀ ਬਿਖੈ ਬਿਰਾਜੇ ਜਾਏ,
ਬਹੁ ਦਿਜਬਰ ਤਬ ਚਰਚਾ ਕੀਨੀ ਸੁਣ ਕੇ ਸਗਲ ਰਹੇ ਹਰ ਖਾਏ ਏਕ ਸਮੈ ਸ਼੍ਰੀ ਨਾਨਕ ਪਹੁੰਚੇ। ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਦਸਾ ਪਾਤਸ਼ਾਹੀਆਂ ਦੀ ਜੋਤ ਤਖਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਇਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਰਸਨਾ ਕਰੋ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸ਼੍ਰਵਣ ਕਰ ਰਹੇ ਸੀ ਕਿ ਕਿਤਾਬਾਂ ਦੀ ਸੰਗਤ ਤੇ ਮਹਾਤਮਾ ਦੀ ਸੰਗਤ ਦਾ ਕੀ ਲਾਭ ਹੈ। ਸਤਿਗੁਰੂ ਜੀ ਦੇ ਪਾਸ ਦੋ ਕਾਂਸ਼ੀ ਦੇ ਵਿੱਚ ਰਹਿਣ ਵਾਲੇ ਵਿਦਵਾਨ ਗੁਣੀ ਗਿਆਨੀ ਜਨ ਪੰਡਿਤ ਹਰੀ ਲਾਲ ਜੀ ਕ੍ਰਿਸ਼ਨ ਲਾਲ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਆਏ ਤਾਂ ਇਹ ਵਿਚਾਰ ਚੱਲਦੀ ਪਈ ਸੀ। ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਗੁਰਸਿੱਖਾਂ ਦੀ ਮਹਾਤਮਾ ਦੀ ਸੰਗਤ ਦਾ ਬੜਾ ਲਾਭ ਦੱਸਿਆ ਹੈ। ਜੇ ਤਾਂ ਮਹਾਤਮਾ ਨਾ ਹੋਵੇ ਗੁਰਸਿੱਖ ਨਾ ਹੋਵੇ ਸਾਧ ਸੰਗਤ ਨਾ ਹੋਵੇ ਫਿਰ ਤਾਂ ਕਿਤਾਬਾਂ ਦੀ ਸੰਗਤ ਹੀ ਕਰਨੀ ਚਾਹੀਦੀ ਹੈ। ਔਰ ਜੇ ਮਹਾਤਮਾ ਗੁਰਸਿੱਖ ਹੋਣ ਕਥਾ ਸਾਧ ਸੰਗਤ ਹੁੰਦੀ ਹੋਵੇ ਕਥਾ ਕੀਰਤਨ ਹੁੰਦਾ ਹੋਵੇ ਨਾਮ ਅਭਿਆਸ ਚੱਲਦਾ ਹੋਵੇ ਗੁਰਦੁਆਰੇ ਹੋਣ ਤਾਂ ਫਿਰ ਗੁਰਸਿੱਖਾਂ ਦੀ ਸੰਗਤ ਵਿੱਚ ਬਹਿਣਾ ਬੜਾ ਲਾਜ਼ਮੀ ਅਤੇ ਜ਼ਰੂਰੀ ਹੈ ਹਰ ਇੱਕ ਵਾਸਤੇ। ਜਿਵੇਂ ਇੱਧਰਲੇ ਬਾਹਰਲੇ ਵਿਦਵਾਨ ਨੇ ਦੋ ਚਾਰ ਲਾਈਨਾਂ ਬੜੀਆਂ ਸੁੰਦਰ ਲਿਖੀਆਂ ਨੇ ਉਹ ਕਹਿੰਦਾ ਵੀ ਜਿਵੇਂ ਜਿਵੇਂ ਮੇਰੀ ਉਮਰ ਵਧੀ ਆ ਇੱਕ ਗੱਲ ਦਾ ਮੈਨੂੰ ਯਕੀਨ ਹੋਇਆ ਹੈ ਵੀ ਇਕੱਲੀਆਂ ਪੋਥੀਆਂ ਪੜ੍ਹ ਕੇ ਕਿਸੇ ਨੂੰ ਰੱਬ ਨਹੀਂ ਮਿਲਿਆ। ਉਹਨੇ ਵੈਸੇ ਸ਼ਬਦ ਵਰਤਿਆ ਪੋਥੇ, ਵੱਡੇ ਵੱਡੇ ਗ੍ਰੰਥ ਕਿਤਾਬਾਂ ਪੜ੍ਹ ਕੇ ਉਹ ਚੀਜ਼ ਹਾਸਲ ਨਹੀਂ ਹੋਈ। ਇਹਦੇ ਨਾਲੋਂ ਕੀ ਚਾਹੀਦਾ ਹੈ ਕਿ ਸਿਆਣੇ ਪੁਰਸ਼ਾਂ ਨੂੰ ਸਿਆਣੇ ਇਸਤਰੀਆਂ ਪੁਰਸ਼ਾਂ ਦੀ ਸੰਗਤ ਵਿੱਚ ਬਹਿਣਾ ਚਾਹੀਦਾ ਹੈ ਤੇ ਸਕੂਲਾਂ ਕਾਲਜਾਂ ਮਦਰਸਿਆਂ ਦੇ ਵਿੱਚ ਉਹ ਕਹਿੰਦਾ ਮੈਂ ਚਾਹੁੰਦਾ ਹਾਂ ਵੀ ਪੁਸਤਕਾਂ ਦੀ ਜਗ੍ਹਾ ਤੁਸੀਂ ਬੰਦੇ ਵਾਚਣੇ ਸਿਖਾਓ ਵੀ ਬੰਦਾ ਕਿੱਦਾਂ ਵਾਚੀਦਾ ਹੈ। ਜਦੋਂ ਤੁਸੀਂ ਬੰਦੇ ਦੀ ਜ਼ਿੰਦਗੀ ਵਾਚਣ ਲੱਗ ਪੋਗੇ ਤਾਂ ਤੁਹਾਨੂੰ ਅਸਲੀ ਗਿਆਨ ਪ੍ਰਾਪਤ ਹੋਵੇਗਾ। ਉਹਦਾ ਤਜਰਬਾ ਕੀਤਾ ਹੈ, ਟਰਾਂਸਲੇਸ਼ਨ ਕੀਤੀ ਹੈ ਮਹਾਨ ਵਿਦਵਾਨ ਨੇ। ਕਹਿੰਦਾ ਜਿਉਂ ਜਿਉਂ ਮੈਂ ਵਡੇਰਾ ਹੋਵਾਂ ਨਿਸ਼ਚਾ ਹੁੰਦਾ ਜਾਵੇ ਪੋਥੇ ਫੋਲੇ ਇਲਮ ਨਹੀਂ ਲੱਭਦਾ ਜੇ ਸੌ ਯਤਨ ਕਰਾਵੇ। ਵੱਡ ਨਰ ਨਾਰਾਂ ਦੀ ਸੰਗਤ ਇਲਮ ਖਜ਼ਾਨੇ ਦੱਬੇ ਵਾਜਬ ਹੈ ਪੋਥੀ ਦੀ ਥਾਂ ਜਾਂ ਬੰਦਾ ਉੱਥੇ ਲੱਭੇ। ਸਾਡੇ ਕਾਲਜ ਮਦਰਸਿਆਂ ਨੂੰ ਮੈਂ ਚਾਹਾਂ ਢੱਬ ਆਵੇ ਪੁਸਤਕ ਦੀ ਥਾਂ ਬੰਦੇ ਵਾਚਣ ਫਿਰ ਵਿਗੜੀ ਵੀ ਬਣ ਆਵੇ।
ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਇਸ ਗੱਲ ਨੂੰ ਬੜਾ ਕਮਾਲ ਦਾ ਦਰਸਾਇਆ ਹੈ, ਜਿਵੇਂ ਸਤ ਸੰਗਤ ਦੀ ਮਹਾਨਤਾ ਕਬੀਰ ਸਾਹਿਬ ਦੱਸਦੇ ਨੇ। ਉਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਚੰਦਨ ਦੇ ਨਾਲ ਲੱਕੜ ਤੇ ਗੰਗਾ ਦੇ ਨਾਲ ਨਾਲਿਆਂ ਦਾ ਗੰਦਾ ਪਾਣੀ ਖੁਸ਼ਬੂਦਾਰ ਤੇ ਪਵਿੱਤਰ ਹੋ ਜਾਂਦਾ ਹੈ, ਪਾਰਸ ਦੇ ਨਾਲ ਲੱਗ ਕੇ ਧਾਤਾਂ ਸੋਨਾ ਬਣ ਜਾਂਦੀਆਂ ਨੇ, ਇਸੇ ਤਰ੍ਹਾਂ ਸੰਤਾਂ ਦੀ ਸੰਗਤ ਵਿੱਚ ਬਹਿ ਕੇ, ਮਹਾਤਮਾ ਦੀ ਸੰਗਤ ਦੇ ਵਿੱਚ ਬਹਿ ਕੇ ਗੁਰੂ ਕਾ ਸਿੱਖ ਰੱਬ ਬਣ ਜਾਂਦਾ ਹੈ, ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਕਬੀਰ ਸਾਹਿਬ ਦੇ ਪਵਿੱਤਰ ਬਚਨ ਨੇ, ਸੰਤਨ ਸੰਗ ਕਬੀਰਾ ਬਿਗੜਿਓ ਸੋ ਕਬੀਰ ਕਬੀਰ ਰਾਮੇ ਹੋਏ ਨਿਬਰਿਓ। ਉਹ ਕਬੀਰ ਰਾਮ ਦਾ ਸਰੂਪ ਬਣ ਗਿਆ। ਇਸ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮੋਹਰ ਲਾਉਂਦੇ ਨੇ, ਸੱਜਣਾ ਸੰਗਤ ਵਿੱਚ ਤੇ ਏਡੀ ਵੱਡੀ ਤਾਕਤ ਹੈ, ਪਿੰਗਲਾ ਬੰਦਾ ਪਹਾੜ ਚੜ੍ਹ ਸਕਦਾ, ਗੁੰਗਾ ਬੰਦਾ ਚਤੁਰ ਵਗਤਾ ਬਣ ਸਕਦਾ ਹੈ, ਅੰਨੇ ਬੰਦੇ ਨੂੰ ਕੁਝ ਨਹੀਂ ਦੇਖਦਾ। ਮਹਾਰਾਜ ਕਹਿੰਦੇ ਇਹੋ ਜਿਹੀ ਨਿਗਾਹ ਬਣਾ ਦਾਂਗੇ, ਤੂੰ ਐਸ ਦੁਨੀਆ ਦੀ ਗੱਲ ਛੱਡ, ਤੈਨੂੰ ਤਿੰਨ ਲੋਕ ਦਿਖਣਗੇ। ਇਹ ਜਿੰਨੀ ਮਹਿਮਾ ਹੈ ਇਹ ਮਹਾਤਮਾ ਦੀ ਸੰਗਤ ਦੀ ਮਹਿਮਾ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਦੱਸੀ। ਆਪਾਂ ਪੜ੍ਹਦੇ ਹਾਂ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦੁਲੇ ਤ੍ਰੇ ਭਵਨ ਸੂਝਿਆ। ਤਿੰਨ ਭਵਨ, ਤਿੰਨ ਲੋਕ, ਜਿਹੜਾ ਅਸਮਾਨ ਦੇ ਵਿੱਚ ਵਸਣ ਵਾਲਾ ਸਵਰਗ ਲੋਕ ਅੱਖਾਂ ਨਾਲ ਨਹੀਂ ਦੇਖਦਾ, ਮਾਤ ਲੋਕ ਜਿੱਥੇ ਮੌਤ ਆਉਂਦੀ ਆਪਾਂ ਸਾਰੇ ਬੈਠੇ, ਔਰ ਪਤਾਲ ਲੋਕ, ਤਿੰਨ ਲੋਕ, ਅੰਧਲੇ ਤ੍ਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ। ਇੰਨੀ ਤਾਕਤ ਕਿਹਦੀ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਬੜੇ ਸੋਹਣੇ ਦ੍ਰਿਸ਼ਟਾਂਤ ਦੇ ਕੇ ਇਹਦੇ ਉੱਤੇ ਮੋਹਰ ਲਾਈ। ਭਾਈ ਸਾਹਿਬ ਜੀ ਕਹਿੰਦੇ ਨੇ ਜਿਵੇਂ ਚੰਦਨ ਦੇ ਜੰਗਲ ਦੇ ਵਿੱਚ ਜਿੰਨੇ ਬੂਟੇ ਨੇ ਉਹ ਚੰਦਨ ਹੋ ਜਾਂਦੇ ਨੇ, ਅੱਠ ਧਾਤਾਂ ਜਿਹੜੀਆਂ ਨੇ ਪਾਰਸ ਦੇ ਨਾਲ ਲੱਗ ਕੇ ਸੋਨਾ ਬਣ ਜਾਂਦੀਆਂ ਹਨ, ਨਦੀਆਂ ਨਾਲੇ ਗੰਗਾ 'ਚ ਮਿਲ ਕੇ ਗੰਗਾ ਦਾ ਸਰੂਪ ਹੋ ਜਾਂਦੇ ਨੇ, ਇਸੇ ਤਰ੍ਹਾਂ ਜਿਹੜੇ ਪਾਪੀ ਹਨ ਉਹ ਸਾਧ ਸੰਗਤ ਵਿੱਚ ਮਿਲ ਕੇ ਆਪਣਾ ਜੀਵਨ ਬਦਲ ਲੈਂਦੇ ਹਨ, ਉਹਨਾਂ ਦਾ ਜੀਵਨ ਪਲਟ ਜਾਂਦਾ ਹੈ। ਆਪ ਜੀ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ ਭਾਈ ਗੁਰਦਾਸ ਸਾਹਿਬ ਜੀ, ਚੰਦਨ ਵਾਸ ਬਣਾਸ ਪਤ ਸਭ ਚੰਦਨ ਹੋਵੇ, ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੇ, ਨਦੀਆਂ ਨਾਲੇ ਵਾਹੜੇ ਮਿਲ ਗੰਗ ਸਮੋਵੇ। ਨਦੀਆਂ ਨਾਲੇ ਜਿੰਨੇ ਵੀ ਹਨ ਗੰਗਾ ਦਾ ਰੂਪ ਹੋ ਜਾਂਦੇ ਨੇ, ਇਸੇ ਤਰ੍ਹਾਂ ਪਤਤ ਉਧਾਰਨ ਸਾਧ ਸੰਗਤ ਪਾਪਾਂ ਮਲ ਧੋਵੇ, ਪਾਪੀਆਂ ਦਾ ਜੀਵਨ ਪਲਟ ਸਕਦਾ, ਜੇ ਕਿਤੇ ਪਲਟ ਸਕਦਾ ਤੇ ਸਿਰਫ ਸਾਧ ਸੰਗਤ ਦੇ ਵਿੱਚ ਜਾ ਕੇ।
ਉਹਨਾਂ ਦਾ ਜੀਵਨ ਬਦਲ ਸਕਦਾ। ਪਰ ਸਾਧ ਸੰਗਤ ਕਹਿੰਦੇ ਕਿਨੂੰ ਆ ਬਈ? ਤਾਂ ਮਹਾਰਾਜ ਇਹ ਵੀ ਫਿਰ ਜਵਾਬ ਦਿੰਦੇ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ। ਜਿੱਥੇ ਨਾਮ ਦੀ ਗੱਲ ਚੱਲੇ ਉਹ ਤੇ ਹੋਈ ਸਾਧ ਸੰਗਤ, ਤੇ ਜਿੱਥੇ ਨਿੰਦਿਆ ਚੁਗਲੀ ਫਰੇਬ ਉਹ ਸਾਧ ਸੰਗਤ ਨਹੀਂ। ਭਾਈ ਸਾਹਿਬ, ਭਾਈ ਨੰਦ ਲਾਲ ਸਿੰਘ ਜੀ ਮਹਾਰਾਜ ਜੀ ਨੂੰ ਪੁੱਛਿਆ ਗਿਆ, ਗਰੀਬ ਰਵਾਜ ਗੁਰੂ ਕੇ ਪਿਆਰੇ ਸਨ, ਵੀ ਮਹਾਰਾਜ ਇਕੱਠ ਕਿਹੜਾ ਚੰਗਾ ਹੈ, ਕਿਹੜਾ ਇਕੱਠ ਚੰਗਾ ਵਾ ਚਾਰ ਬੰਦੇ ਜਿੱਥੇ ਇਕੱਠੇ ਹੁੰਦੇ? ਤਾਂ ਭਾਈ ਸਾਹਿਬ ਜੀ ਕਹਿੰਦੇ, ਇਕੱਠ ਉਹ ਚੰਗਾ ਹੈ ਜਿਹੜਾ ਮੌਲਾ ਦੀ ਯਾਦ ਵਿੱਚ ਹੋਵੇ, ਜਿਹੜਾ ਹੱਕ ਸੱਚ ਦੇ ਵੱਲ ਹੋਵੇ, ਜੋ ਬੰਦਗੀ ਲਈ ਜੁੜੇ, ਤੇ ਜਿੱਥੇ ਬੈਠਣ ਦੇ ਨਾਲ ਤੈਨੂੰ ਜ਼ਿੰਦਗੀ ਮਿਲ ਜਾਵੇ, ਉਸ ਇਕੱਠ ਵਿੱਚ ਜਾ ਕੇ ਬਹਿ। ਆਪ ਜੀ ਫਰਮਾਉਂਦੇ ਨੇ, ਆ ਹਜ਼ੂਮੇ ਬੇ ਕੇ ਬਹਿਰੇ ਯਾਦ ਵਸਤ, ਆ ਹਜ਼ੂਮੇ ਬੇ ਕੇ ਹੱਕ ਬੁਨਿਆਦ ਵਸਤ, ਆ ਹਜ਼ੂਮੇ ਬੇ ਕੇ ਬਹਿਰੇ ਬੰਦਗੀ ਅਸਤ, ਆ ਹਜ਼ੂਮੇ ਬੇਕ ਮਹਿੰਦੇ ਜ਼ਿੰਦਗੀ ਅਸਤ। ਜਿਸ ਵਿੱਚ ਤੈਨੂੰ ਜ਼ਿੰਦਗੀ ਪ੍ਰਾਪਤ ਹੋਵੇ, ਜਿਸ ਵਿੱਚ ਤੂੰ ਬੰਦਗੀ 'ਚ ਜੁੜੇ, ਉਹ ਹਜ਼ੂਮ ਇਕੱਠ ਬੜਾ ਉੱਤਮ ਹੈ, ਬੜਾ ਚੰਗਾ ਹੈ। ਇਸੇ ਗੱਲ ਨੂੰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਫਿਰ ਰੋਜ਼ ਸਾਨੂੰ ਸਮਝਾਉਂਦੇ ਨੇ, ਵੀ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਯਤਨ ਕਰਕੇ ਇਹਦੇ ਮਨ ਵਿੱਚ ਗੱਲ ਬਹਿ ਜਾਵੇ। ਤੇ ਸਮਝਾਉਂਦੇ ਹੋਏ ਸ੍ਰੀ ਰਹਿਰਾਜ ਸਾਹਿਬ ਵਿੱਚ ਸਾਨੂੰ ਰੋਜ਼ ਦੱਸਦੇ ਨੇ, ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ, ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਤਾਂ ਜਿਹੜੀ ਮਹਾਤਮਾ ਦੀ ਸੰਗਤ ਹੈ, ਜਿਵੇਂ ਕੱਲ ਵੀ ਬੇਨਤੀ ਕੀਤੀ ਸੀ ਕਿ ਇੱਕ ਬੜਾ ਵੱਡਾ ਵਿਦਵਾਨ ਜਿਹਨੇ ਇੱਕ ਪੁਸਤਕ ਲਿਖੀ, ਦਾ ਐਲੀਮੈਂਟਸ ਆਫ ਮੈਟਾਫਿਜ਼ਿਕਸ, ਉਹ ਕਹਿੰਦਾ ਗਿਆਨ ਦੇ ਵਿੱਚ ਕਾਰਨ ਤੇ ਕਰਤਾ ਵੱਖਰੇ ਹੁੰਦੇ ਨੇ, ਮੈਨੇ ਰੱਬ ਤੇ ਬੰਦਾ ਵੱਖਰੇ ਹੁੰਦੇ ਨੇ, ਪਰ ਅਨੁਭਵ ਦੇ ਵਿੱਚ ਕਾਰਨ ਤੇ ਕਰਤਾ, ਰੱਬ ਤੇ ਬੰਦਾ, ਆਤਮਾ ਤੇ ਪਰਮਾਤਮਾ ਦੋਵੇਂ ਇੱਕ ਹੋ ਜਾਂਦੇ। ਪਰ ਪ੍ਰੋਬਲਮ ਕਿੱਥੇ ਆਉਂਦੀ ਜਾ ਕੇ ਕਿ ਐਸਾ ਮਹਾਤਮਾ ਲੱਭਦਾ ਨਹੀਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ, ਮੁਸ਼ਕਲ ਹੈ ਲੱਭਣਾ ਸਾਧ ਸੰਗਤ। ਪਰ ਜਿਹੜੀ ਚੀਜ਼ ਉੱਤਮ ਹੋਵੇ, ਚੰਗੀ ਹੋਵੇ, ਸਿਆਣੇ ਬੰਦੇ ਫਿਰ ਹਿੰਮਤ ਕਰਕੇ ਮਿਹਨਤ ਕਰਕੇ ਲੱਭ ਲੈਂਦੇ ਹਨ। ਤਾਂ ਜਿੰਨਾ ਚਿਰ ਕੋਈ ਮਹਾਤਮਾ ਨਾ ਮਿਲੇ, ਉਨਾ ਚਿਰ ਪੁਸਤਕਾਂ ਦੀ ਸੰਗਤ ਕਰਨੀ ਚਾਹੀਦੀ ਹੈ, ਉਹ ਵੀ ਚੰਗੀਆਂ ਦੀ। ਜਦੋਂ ਮਿਲ ਜਾਵੇ ਫਿਰ ਪੁਸਤਕਾਂ ਦੇ ਨਾਲ ਨਾਲ ਉਹਨਾਂ ਦੀ ਸੰਗਤ ਵਿੱਚ ਵੀ ਬਹਿਣਾ ਚਾਹੀਦਾ ਹੈ, ਜਿਨ੍ਹਾਂ ਬਾਰੇ ਕੱਲ੍ਹ ਭਾਈ ਸਾਹਿਬ ਜੀ ਕਹਿੰਦੇ ਸੀ ਕਿ ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਹੁਣ ਇੱਥੇ ਸਵਾਲ ਪੈਦਾ ਹੁੰਦਾ ਜੀ, ਮਹਾਤਮਾ ਕਹਿੰਦੇ ਕਿਹਨੂੰ? ਵੀ ਕੱਲ੍ਹ ਪਰਸੋਂ ਦਾ ਕਥਾ 'ਚ ਮਹਾਤਮਾ ਮਹਾਤਮਾ ਕਰੀ ਜਾਂਦੇ, ਮਹਾਤਮਾ ਕਹਿੰਦੇ ਕਿਹਨੂੰ?
ਮਹਾਤਮਾ ਕਿਹਨੂੰ ਕਹਿੰਦੇ ਨੇ? ਜਿਹੜਾ ਨਾਮ ਜਪ ਕੇ ਪਰਮੇਸ਼ਰ ਤੱਕ ਜਿਹਦੀ ਪਹੁੰਚ ਹੋਵੇ, ਜਿਹਦੀ ਪਹੁੰਚ ਰੱਬ ਤੱਕ ਹੋਵੇ, ਉਹਨੂੰ ਮਹਾਤਮਾ ਕਿਹਾ ਜਾਂਦਾ ਹੈ। ਜ਼ਰੂਰੀ ਨਹੀਂ ਵੀ ਉਹ ਸਾਧੂਆਂ ਦੇ ਬੇਸ 'ਚ ਹੋਵੇ, ਜ਼ਰੂਰੀ ਨਹੀਂ ਵੀ ਉਹਨੇ ਧਰਮ ਦੇ ਕੱਪੜੇ ਪਾਏ ਹੋਣ, ਉਹ ਇੱਕ ਜ਼ਿਮੀਂਦਾਰ ਵੀ ਹੋ ਸਕਦਾ, ਉਹ ਇੱਕ ਦੁਕਾਨਦਾਰ ਵੀ ਹੋ ਸਕਦਾ ਹੈ, ਉਹ ਇੱਕ ਗਰੀਬ ਤੋਂ ਗਰੀਬ ਰੇਹੜੀ 'ਤੇ ਮਾਸ ਰੱਖ ਕੇ ਵੇਚਣ ਵਾਲਾ ਸਧਨਾ ਕਸਾਈ ਵੀ ਹੋ ਸਕਦਾ, ਉਹ ਇੱਕ ਬਿਜ਼ਨਸਮੈਨ ਵੀ ਹੋ ਸਕਦਾ ਹੈ। ਬੜੇ ਬੜੇ ਗ੍ਰਿਸਤੀ ਜਿਹੜੇ ਨੇ ਉਹਨਾਂ ਦੀ ਅਵਸਥਾ ਬੜੀ ਉੱਚੀ ਆ, ਉਹ ਭਾਵੇਂ ਧਰਮ ਦੇ ਕੱਪੜੇ ਉਹਨਾਂ ਨਹੀਂ ਪਾਏ, ਭਾਵੇਂ ਉਹ ਕੁੜਤਾ ਪਜਾਮਾ ਪਾਉਂਦੇ ਨੇ, ਪੈਂਟ ਕਮੀਜ਼ ਪਾਉਂਦੇ ਨੇ, ਉਹ ਸਭ ਮਹਾਤਮਾ 'ਚ ਹੀ ਆਉਂਦੇ, ਜਿਨ੍ਹਾਂ ਦੀ ਅਵਸਥਾ ਨਾਮ 'ਚ ਚੜ੍ਹੀ ਹੋਈ ਹੈ। ਇਸ ਗੱਲ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਪੁੱਛਿਆ, ਮਹਾਰਾਜ ਤੁਹਾਡੇ ਮਹਾਤਮਾ ਕੌਣ ਨੇ? ਤਾਂ ਮਹਾਰਾਜ ਕਹਿੰਦੇ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਜਿਹੜਾ ਜ਼ਮੀਨ ਦੇ ਵਿੱਚ ਖਲੋਤਾ ਵਾਹੀ ਕਰਦਾ ਪਿਆ, ਪਰ ਜਿਹਦਾ ਚਿੱਤ ਨਾਮ ਵਿੱਚ ਜੁੜਿਆ ਹੈ, ਭਾਵੇਂ ਕਿ ਹੱਥਾਂ ਪੈਰਾਂ 'ਤੇ ਜ਼ਮੀਨ ਦੀ ਮਿੱਟੀ ਚੜ੍ਹੀ ਹੋਈ ਹੈ, ਮਿੱਟੀ ਨਾਲ ਇੱਕ ਹੋਇਆ ਪਿਆ, ਗੰਦਾ ਮੰਦਾ ਸਰੀਰ ਹੈ, ਮਿੱਟੀ ਨਾਲ ਲਿਬੜਿਆ ਹੋਇਆ, ਮਿੱਟੀ ਨਾਲ ਮਿੱਟੀ ਹੋਇਆ, ਇੰਨੀ ਮਿਹਨਤ ਕਰਨ ਵਾਲਾ, ਪਰ ਉੱਥੇ ਬਹਿ ਕੇ ਜਿਹਨੂੰ ਨਾਮ ਚੇਤੇ ਆਵੇ, ਜਿਹੜਾ ਨਾਮ ਜਪੇ ਸਾਡਾ ਮਹਾਤਮਾ, ਤੇ ਉਹ ਵੀ ਆ ਜਿਹੜਾ ਪੈਲੀ 'ਚ ਖਲੋਤਾ ਹਲ ਵਾਹੁੰਦਾ ਪਿਆ। ਫਿਰ ਪੁੱਛਿਆ, ਮਹਾਰਾਜ ਉਹੀ ਮਹਾਤਮਾ ਕਿ ਹੋਰ ਨਹੀਂ? ਕਹਿੰਦੇ, ਜਿਹੜਾ ਦੁਕਾਨ 'ਤੇ ਪੋਲੇ ਗਦੇਲੇ ਉੱਤੇ ਚੌਂਕੜੀ ਮਾਰ ਕੇ ਬੈਠਾ ਹੈ, ਸਾਬਣ ਵੇਚਦਾ, ਸੌਦਾ ਵੇਚਦਾ, ਪਰ ਵੇਚਦੇ ਨੂੰ ਨਾਮ ਨਹੀਂ ਵਿਸਰਦਾ, ਵੇਚਦੇ ਨੂੰ ਨਾਮ ਚੇਤੇ ਰਹਿੰਦਾ ਹੈ, ਉਹ ਵੀ ਸਾਡਾ ਮਹਾਤਮਾ। ਮਹਾਰਾਜ ਕਹਿੰਦੇ, ਹਾਣ ਹੱਟ ਕਰ ਆਰਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸੋ ਵਣਜ ਕਰ, ਲੈ ਲਾਹਾ ਮਨ ਹੱਸ। ਵਪਾਰੀ ਵੀ ਮਹਾਤਮਾ, ਜਿਹੜਾ ਸਮਾਨ ਵੇਚਦਾ, ਘੋੜੇ ਵੇਚਦਾ, ਕਦੀ ਕਿਸੇ ਦੇਸ਼ ਜਾਂਦਾ, ਕਦੀ ਕਿਸੇ ਦੇਸ਼ ਜਾਂਦਾ, ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੇ, ਕੱਲ ਨਿਰੰਕਾਰ ਕੇ ਦੇਸ਼ ਜਾਹੇ, ਤਾਂ ਸੁਖ ਲਹਿ ਮਹੱਲ। ਇਹ ਵੀ ਤੇ ਮਹਾਤਮਾ ਹੀ ਹਨ। ਤੇ ਜਿਹੜਾ ਨੌਕਰੀ ਕਰਦਾ, ਦਿਹਾੜੀ ਕਰਦਾ ਹੈ, ਕਿ ਇਹ ਮਹਾਤਮਾ ਨਹੀਂ? ਮਹਾਰਾਜ ਕਹਿੰਦੇ, ਕੋਈ ਕੰਮ ਕਰ ਲਾ ਦੁਨੀਆਂ ਦਾ, ਜਿਹਨੂੰ ਨਾਮ ਨਹੀਂ ਵਿਸਰਦਾ, ਜਿਹਦੇ ਸਵਾਸ ਸਵਾਸ ਰੱਬ ਦਾ ਨਾਂ ਚੇਤੇ ਹੈ, ਉਹ ਸਾਡਾ ਮਹਾਤਮਾ ਹੈ, ਉਹ ਸਾਡੇ ਗੁਰਸਿੱਖ ਮਹਾਂਪੁਰਸ਼ ਹਨ। ਮਹਾਰਾਜ ਕਹਿੰਦੇ, ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਵਧੀਆ ਕਰ ਧਾਵੜੀ, ਤਾਕੋ ਆਖੇ ਧਨ, ਨਾਨਕ ਵੇਖੇ ਨਦਰ ਕਰ, ਚੜ੍ਹੇ ਚਵਗਣ ਵਨ। ਇਹ ਵੀ ਮਹਾਤਮਾ, ਇਹ ਸਾਰੇ ਮਹਾਤਮਾ ਚਾਹੁੰਦੇ। ਤਾਂ ਇਹਨਾਂ ਦੀ ਸੰਗਤ ਜਿਹੜੀ ਹੈ, ਫਿਰ ਆਤਮਾ ਨੂੰ ਹੁਲਾਰਾ ਦੇ ਦਿੰਦੀ। ਜੇ ਕੋਈ ਮੈਨੂੰ ਸਵਾਲ ਕਰੇ, ਪ੍ਰਸ਼ਨ ਕਰੇ, ਵੀ ਕਿਤਾਬਾਂ ਤੋਂ ਉੱਚਾ ਮਹਾਤਮਾ ਦਾ ਜੀਵਨ ਕਿੱਦਾਂ ਕਿਤੇ ਲਿਖਿਆ? ਹਾਂਜੀ, ਲਿਖਿਆ ਜੀ ਗੁਰੂ ਗ੍ਰੰਥ ਸਾਹਿਬ 'ਚ।
ਕੀ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ, ਹੌ ਢੁੰਡੇਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕੇਈ। ਕਿਉਂ? ਗੁਰੂ ਗ੍ਰੰਥ ਸਾਹਿਬ ਸਭ ਤੋਂ ਸ਼੍ਰੋਮਣੀ। ਕੋਈ ਵੀ ਗੱਲ ਕੀਤੀ ਜਾਵੇ ਜੇ ਇਹਨਾਂ ਦੀ ਪੰਗਤੀ ਨਾਲ ਐਗਜ਼ੈਂਪਲ ਨਹੀਂ ਤੇ ਉਹ ਗੱਲ ਬਹੁਤਾ ਪਾਏਦਾਰ ਨਹੀਂ ਮੰਨੀ ਜਾਂਦੀ ਧਰਮ ਦੇ ਵਿੱਚ, ਉਹ ਖੰਡਨ ਜਾਂ ਰੱਦ ਕੀਤੀ ਗੱਲ ਮੰਨੀ ਜਾਂਦੀ। ਜਾਂ ਫਿਰ ਮਹਾਰਾਜ ਕਹਿੰਦੇ ਨੇ ਇਸੇ ਹੀ ਸ਼ਬਦ ਚ ਪੌੜੀ ਚ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀਏ ਮੈਲ ਸਾਧ ਸੰਗ ਬੁੱਠੇ। ਜਨਮ ਮਰਨ ਭਉ ਕੱਟੀਏ ਜਨ ਕਾ ਸ਼ਬਦ ਜਪ, ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ। ਜਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤੇਰੀਆਂ ਕਿਤਾਬਾਂ ਗ੍ਰੰਥ ਸਭ ਤੋਂ ਪੁਰਾਣੇ ਗ੍ਰੰਥ ਨੇ ਚਾਰ ਵੇਦ, ਪਰ ਜਿੱਥੇ ਨਾਮ ਜਪਣ ਵਾਲਾ ਬਹਿੰਦਾ ਉਹਦੀ ਅਵਸਥਾ ਜਿਹੜੀ ਆ, ਮਹਾਰਾਜ ਕਹਿੰਦੇ ਵੇਦਾਂ ਨੂੰ ਵੀ ਨਹੀਂ ਪਤਾ ਲੱਗਾ ਅਜੇ ਤੱਕ। ਕਿਉਂ? ਵੇਦ ਦੱਸ ਸਕਦੇ ਆ, ਵੇਦ ਪਚਾ ਨਹੀਂ ਸਕਦੇ। ਉੱਥੇ ਆ ਬਾਹਰ ਸਾਈਨ ਬੋਰਡ ਲੱਗੇ ਹੋਏ ਨਾ ਸਟਰੀਟਾਂ ਦੇ, ਸਿਟੀਆਂ ਦੇ, ਇਹ ਦੱਸ ਦੇਣਗੇ ਵੀ ਫਲਾਨਾ ਸ਼ਹਿਰ ਇੰਨੇ ਕਿਲੋਮੀਟਰ ਰਹਿ ਗਿਆ, ਪਰ ਮੈਨੂੰ ਚੋਕੇ ਥੋੜ੍ਹੀ ਲੈ ਚੱਲੇ, ਤੁਰਨਾ ਤਾਂ ਮੈਨੂੰ ਹੀ ਪਊਗਾ ਨਾ। ਕਿਤਾਬਾਂ ਦੱਸ ਦਿੰਦੀਆਂ ਨੇ ਰਾਹ, ਪਰ ਮਿਹਨਤ ਤਾਂ ਆਪ ਹੀ ਕਰਨੀ ਪੈਂਦੀ ਹੈ, ਤੁਰਨਾ ਤਾਂ ਆਪ ਹੀ ਪੈਂਦਾ ਹੈ। ਤਾਂ ਮਹਾਰਾਜ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣੈ, ਵੇਦ ਤੱਕ ਨਹੀਂ ਜਾਣਦੇ। ਜੇਤਾ ਸੁਣੈ ਤੇਤਾ ਵਖਿਆਨੈ, ਤਾਂ ਗਰੀਬ ਨਿਵਾਜ ਫਰਮਾਉਂਦੇ ਹਨ। ਊਚ ਬਿਰਾਜਤ ਜਨ ਸੁਣੇ ਵੇਦ ਪੁਰਾਣ ਸਿਮਰਤ ਭਨੇ, ਊਚ ਬਿਰਾਜਤ ਜਨ ਸੁਣੇ, ਸਭ ਤੇ ਊਚ ਬਿਰਾਜਤ ਜਨ ਸੁਣੇ। ਤਾਂ ਐਸੀ ਸੰਗਤ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਕਰਨ ਵਾਸਤੇ ਪੰਡਿਤ ਹਰੀ ਲਾਲ ਜੀ, ਪੰਡਿਤ ਕ੍ਰਿਸ਼ਨ ਲਾਲ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿੱਥੋਂ ਤੁਰ ਕੇ ਆਏ, ਬੱਲੇ ਬੱਲੇ, ਕਾਂਸ਼ੀ ਕਿੱਥੇ ਹੈ, ਕਿੱਥੇ ਅੰਮ੍ਰਿਤਸਰ ਸਾਹਿਬ, ਉੱਥੇ ਆਏ ਨੇ ਮਹਾਰਾਜ ਜੀ ਤੋਂ ਆਤਮਕ ਠੰਡ ਲੈਣ ਵਾਸਤੇ। ਤਾਂ ਸਤਿਗੁਰੂ ਜੀ ਨੂੰ ਫਿਰ ਉਹ ਦੱਸਦੇ ਹਨ, ਮਹਾਰਾਜ ਪੁੱਛਦੇ ਹਨ ਕਿ ਤੁਸੀਂ ਕਿੱਦਾਂ ਆਏ ਬਈ। ਤਾਂ ਫਿਰ ਮਹਾਰਾਜ ਜੀ ਨੂੰ ਉਹ ਬੇਨਤੀ ਕਰਦੇ ਨੇ, ਆਓ ਬੜੇ ਪ੍ਰੇਮ ਦੇ ਨਾਲ ਸੁਣੀਏ ਕੀ ਕਹਿੰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਸਮੇਂ ਸ੍ਰੀ ਨਾਨਕ ਪਹੁੰਚੇ ਕਾਂਸ਼ੀ ਵਿਖੇ ਬਿਰਾਜੇ ਜਾਏ। ਇੱਕ ਸਮੇਂ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਕਾਂਸ਼ੀ ਦੇ ਵਿੱਚ ਪਹੁੰਚੇ ਸਨ, ਮਹਾਦੇਵ ਜੀ ਦੀ ਬੇਨਤੀ ਕਰਨ ਤੇ। ਬਹੁ ਦਿਜਬਰ ਤਬ ਚਰਚਾ ਕੀਨੀ ਸੁਣ ਕੇ ਸਗਲ ਰਹੇ ਹਰ ਖਾਏ। ਤਾਂ ਬੜੇ ਬੜੇ ਵਿਦਵਾਨ ਜਿਹੜੇ ਪੰਡਿਤ ਸੀ ਉਹ ਮਹਾਰਾਜ ਨਾਲ ਸਵਾਲ ਜਵਾਬ ਕਰਨ ਵਾਸਤੇ ਆਏ, ਸਤਿਗੁਰਾਂ ਨੇ ਸਾਰਿਆਂ ਦੇ ਜਵਾਬ ਦਿੱਤੇ, ਸਾਰਿਆਂ ਦੇ ਮਨ ਨੂੰ ਜਵਾਬਾਂ ਦੇ ਨਾਲ ਨਾਲ ਸੰਤੁਸ਼ਟੀ ਵੀ ਦਿੱਤੀ, ਐਸੀ ਕਿਰਪਾ ਕੀਤੀ ਸੀ ਮਹਾਰਾਜ ਨੇ ਉੱਥੇ। ਪਤਮ ਹਮਰੋ ਤਿਸ ਸ਼ਿਨ ਭਾਉ ਭਗਤ ਬਹੁ ਕੀਨ ਬਣਾਏ। ਤਾਂ ਉਹ ਸਾਰੇ ਪੰਡਿਤ ਬੜੇ ਖੁਸ਼ ਹੋਏ ਸਨ, ਪ੍ਰਸੰਨ ਹੋਏ ਸਨ,
ਸਾਡਾ ਉਹ ਲੱਗਦਾ ਸੀ ਦਾਦਾ ਜਿਹਦਾ ਨਾਂ ਸੀ ਪੰਡਿਤ ਗੋਪਾਲ ਦੱਤ, ਕਾਂਸ਼ੀ ਦੇ ਵਿੱਚ ਰਹਿੰਦਾ ਸੀ। ਉਹਨੇ ਭਵਿੱਖਤ ਪੁਰਾਣ ਨੂੰ ਪੜ੍ਹਿਆ ਸੀ ਤੇ ਭਵਿੱਖਤ ਪੁਰਾਣ ਦੇ ਵਿੱਚ ਸੰਸਕ੍ਰਿਤ ਦੀਆਂ ਕੁਝ ਲਾਈਨਾਂ ਲਿਖੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਸਤਤ ਦੇ ਵਿੱਚ। ਭਵਿੱਖਤ ਪੁਰਾਣ ਮੈਨੇ ਜਿਹਦੇ ਵਿੱਚ ਭਵਿੱਖ ਦੀ ਹਾਲਤ ਲਿਖੀ ਹੋਵੇ ਵੀ ਆਉਣ ਵਾਲੇ ਸਮੇਂ ਦਾ ਕੀ ਹਾਲ ਹੋਊਗਾ, ਕਿਹੜਾ ਮਹਾਤਮਾ ਆਊਗਾ, ਪਰਮੇਸ਼ਰ ਦਾ ਅਵਤਾਰ ਕਿਹੜਾ ਆਊਗਾ। ਉੱਥੇ ਦੋ ਚਾਰ ਲਾਈਨਾਂ ਬੜੀਆਂ ਸੋਹਣੀਆਂ ਲਿਖੀਆਂ, ਏਵੰ ਵਈ ਧਰਮ ਪਰਚੁਰਿਅੰਗ ਭਵਿੱਖਿਅਤੀ ਯਦਾ ਕਲੋ ਤਦਾ ਵਈ ਲੋਕ ਰੱਖਿਆਰਥੰ ਮਲੇਸ਼ਾ ਨਾਮ ਨਾਸ ਹੇਤਵੇ ਪਛਚਿਮ ਸੁਭੇ ਦੇਸੇ ਬੇਦੀ ਬੰਸੇ ਚ ਨਾਨਕਉ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਬੇਦੀਆਂ ਦੀ ਬੰਸ਼ ਵਿੱਚ ਪੱਛਮ ਜਿਹੜਾ ਪੰਜਾਬ ਦਾ ਸ਼ੁਭ ਦੇਸ਼ ਹੈ ਉਸ ਧਰਤੀ ਉੱਤੇ ਧਰਮ ਦੀ ਪਰਿਚਰਿਆ ਕਰਨ ਵਾਸਤੇ, ਭਵਿੱਖ ਦੇ ਵਿੱਚ ਕਾਲਯੁੱਗ ਦੇ ਵਿੱਚ ਰੱਖਿਆ ਕਰਨ ਵਾਸਤੇ, ਸਾਧੂ ਜਨਾਂ ਦੀ ਮਲੇਸ਼ਿਆਂ ਦਾ ਨਾਸ਼ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਰੂਪ ਧਾਰ ਕੇ ਵਾਹਿਗੁਰੂ ਪਰਮੇਸ਼ਰ ਸੰਸਾਰ ਵਿੱਚ ਪ੍ਰਗਟ ਹੋਊਗਾ। ਇਹ ਗੱਲ ਭਵਿੱਖਤ ਪੁਰਾਣ ਦੇ ਵਿੱਚ ਲਿਖੀ ਹੋਈ ਹੈ ਮਹਾਰਾਜ ਦੇ ਅਵਤਾਰ ਤੋਂ ਵੀ ਹਜ਼ਾਰਾਂ ਸਾਲ ਪਹਿਲਾਂ, ਤਾਂ ਉਹ ਉਹਨੇ ਪੜ੍ਹੀ ਹੋਈ ਸੀ। ਤਾਂ ਉਹਨੇ ਦੇਖਿਆ ਵੀ ਇਸ ਸਾਧੂ ਦਾ ਨਾਂ ਗੁਰੂ ਨਾਨਕ ਦੇਵ ਸਾਹਿਬ ਹੈ, ਤੇ ਜੇ ਵਾਕਈ ਉਹ ਗੁਰੂ ਨਾਨਕ ਦੇਵ ਸਾਹਿਬ ਹਨ ਜਿਨ੍ਹਾਂ ਦਾ ਜ਼ਿਕਰ ਗ੍ਰੰਥਾਂ ਵਿੱਚ ਆਇਆ, ਤੇ ਫਿਰ ਸਵਾਲ ਜਵਾਬ ਹੋ ਜਾਣ, ਤਸੱਲੀ ਕਰਾਉਣ ਸਾਡੀ। ਤਾਂ ਫਿਰ ਇਹਨੇ ਮਹਾਰਾਜ ਦੇ ਨਾਲ ਚੰਗਾ ਤਗੜਾ ਧਰਮ ਦੀ ਵਿਚਾਰ ਚਰਚਾ ਕੀਤੀ ਸੀ, ਚੰਗਾ ਮਹਾਰਾਜ ਦੇ ਨਾਲ ਸਵਾਲ ਜਵਾਬ ਇਹਨੇ ਕੀਤੇ ਸੀ। ਤਾਂ ਸਤਿਗੁਰੂ ਨੇ ਆਖਿਆ ਵੀ ਅਸੀਂ ਕਾਹਨੂੰ ਤੇਰੇ ਜਵਾਬ ਦੇਣੇ, ਇੱਕ ਕੁੱਤੇ ਤੋਂ ਤੈਨੂੰ ਜਵਾਬ ਦਵਾਵਾਂਗੇ, ਕਿਉਂ ਤੁਹਾਡਾ ਜਾਤ ਭਾਈ ਹੈ। ਤਾਂ ਇਹਦੀ ਤਸੱਲੀ ਮਹਾਰਾਜ ਨੇ ਉੱਥੇ ਕਰਾਈ ਸੀ ਪੰਡਿਤ ਗੋਪਾਲ ਦੱਤ ਜੀ ਦੀ, ਇਹਦੇ ਹਿਰਦੇ ਨੂੰ ਸ਼ਾਂਤੀ ਦਿੱਤੀ ਸੀ। ਤਾਂ ਉੱਥੇ ਫਿਰ ਇਹਨੇ ਸਵਾਲ ਕੀਤਾ ਸੀ ਮਹਾਰਾਜ ਜੀ ਵੀ ਤੁਸੀਂ ਏਡੇ ਵੱਡੇ ਅਵਤਾਰੀ ਪੁਰਸ਼ ਹੋ ਕੇ ਪਰ ਇਹ ਗੱਲ ਤੁਸੀਂ ਬੜੀ ਅਯੋਗ ਕਹੀ ਆ ਵੀ ਆ ਜਿਹੜਾ ਕੁੱਤਾ ਵਾ ਸਾਡਾ ਜਾਤ ਭਾਈ ਹੈ, ਵੀ ਅਸੀਂ ਵਿਦਵਾਨ ਹੋਈਏ, ਮਨੁੱਖਾ ਜਨਮ ਹੋਵੇ, ਬ੍ਰਾਹਮਣਾਂ 'ਚ ਜੰਮੇ ਹੋਈਏ, ਤੁਸੀਂ ਇੱਕ ਕੁੱਤੇ ਨੂੰ ਸਾਡਾ ਭਰਾ ਬਣਾ ਦਿੱਤਾ। ਤਾਂ ਮਹਾਰਾਜ ਨੇ ਫਿਰ ਉੱਥੇ ਇਹਨਾਂ ਦਾ ਨਿਸ਼ਚਾ ਕਰਾਇਆ ਸੀ, ਕਹਿੰਦੇ ਇਹਦੇ ਤੋਂ ਹੀ ਪੁੱਛ ਲਓ। ਤਾਂ ਫਿਰ ਉਹਨੇ ਬੋਲ ਕੇ ਦੱਸਿਆ ਸੀ ਵੀ ਗੋਪਾਲ ਦੱਤ ਜੀ, ਮੈਂ ਤੁਹਾਡਾ ਵੱਡਾ ਵਿਸ਼ਨ ਦੱਤ, ਮੈਂ ਵਿਦਵਾਨ ਸੀ ਤੁਹਾਡੇ ਵਾਂਗ, ਪਰ ਮੈਨੂੰ ਵੀ ਆ ਹੀ ਵਾਦੀ ਸੀ ਵੀ ਜਿਹੜਾ ਵੀ ਮਹਾਤਮਾ ਆਉਣਾ ਉਹਦੇ ਨਾਲ ਸਿਰ ਫਸਾਉਣਾ, ਤੇ ਜੇ ਕੋਈ ਸਵਾਲਾਂ ਦੇ ਜਵਾਬ ਨਾ ਦੇ ਸਕੇ ਫਿਰ ਉਹਦੀ ਰੱਜ ਕੇ ਬੇਇੱਜ਼ਤੀ ਕਰਨੀ, ਭੰਡੀ ਕਰਨੀ, ਤੇ ਉਹਨੂੰ ਕਹਿਣਾ ਭੰਗਵੇ ਰੰਗ ਦੇ ਕੱਪੜੇ ਪਾਏ ਲਾਹ ਤੇ ਨੰਗਾ ਕਰਕੇ ਤੋੜਨਾ। ਜੇ ਕੋਈ ਸਵਾਲਾਂ 'ਚ ਹਾਰ ਜਾਵੇ ਤੇ ਉਹਦੇ ਗ੍ਰੰਥ ਖੋਣੇ। ਇੱਕ ਵਾਰੀ ਭਜਨੀਕ ਮਹਾਤਮਾ ਜਿਨ੍ਹਾਂ ਦੀ ਰਸਨਾ ਉੱਤੇ ਨਾਮ ਵੱਸਦਾ ਸੀ ਵਾਹਿਗੁਰੂ ਜੀ ਦਾ, ਬੀਤਰਾਗ ਸੀ, ਭਜਨਾਨੰਦੀ ਸੀ, ਸਿਮਰਨ ਕਰਨ ਵਾਲੇ ਸੀ, ਪੜ੍ਹੇ ਲਿਖੇ ਨਹੀਂ ਸੀ ਕੁਝ, ਪਰ ਭਜਨੀਕ ਬੜੇ ਵੱਡੇ ਸੀ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ, ਪੂਰਨ ਸੋਈ ਸੰਤ ਐਸੇ ਸਨ। ਉਹਨਾਂ ਦੇ ਨਾਲ ਮੈਂ ਜਾ ਕੇ ਸਵਾਲ ਕਰਨੇ ਸ਼ੁਰੂ ਕੀਤੇ, ਉਹ ਬੋਲਣ ਨਾ, ਇੱਕ ਵਾਰੀ ਪੁੱਛ, ਦੋ ਵਾਰੀ ਪੁੱਛ, ਤਿੰਨ ਵਾਰੀ ਪੁੱਛ, ਚਾਰ ਵਾਰੀ ਪੁੱਛ, ਅਖੀਰ ਮੈਂ ਦੋ ਘੜੀਆਂ
ਉਹਨਾਂ ਦਾ ਟਾਈਮ ਵੇਸਟ ਕੀਤਾ ਬਿਨਾਂ ਸਿਮਰਨ ਤੋਂ, ਮੈਂ ਸਿਰ ਫਸਾਈ ਗਿਆ, ਉਹ ਬੋਲਣੀ ਨਾ। ਬਾਣੀ ਕਹਿੰਦੀ ਉਹ ਵੇ ਪਰਵਾਹ ਨਾ ਬੋਲਣੀ, ਉਹ ਬੋਲਣ ਨਾ। ਤਾਂ ਫਿਰ ਉਹਨਾਂ ਨੇ ਵੇਖਿਆ ਵੀ ਇਹ ਬੰਦਾ ਕਲਯੁੱਗ ਦਾ ਮਾਰਿਆ ਹੋਇਆ, ਸਮੇਂ ਦੀ ਕਿੰਨੀ ਦੁਰਵਰਤੋਂ ਕਰਦਾ ਪਿਆ ਵਾ, ਸਾਡੀਆਂ ਦੋ ਘੜੀਆਂ ਇਹਨੇ ਖਰਾਬ ਕਰਤੀਆਂ ਬਿਨਾਂ ਸਿਮਰਨ ਭਜਨ ਤੋਂ। ਤਾਂ ਉਹਨਾਂ ਦੇ ਮੂੰਹ ਨਿਕਲ ਗਿਆ ਵੀ ਇੰਨੇ ਗ੍ਰੰਥ ਪੜ੍ਹ ਕੇ ਤੇਰੇ ਹਿਰਦੇ ਨੂੰ ਸ਼ਾਂਤੀ ਨਹੀਂ ਆਈ, ਕੀ ਕੁੱਤੇ ਵਾਂਗੂ ਭੌਂਕੀ ਜਾਂਦਾ। ਤਾਂ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਦਾ ਨਿਵਾਸ ਸੀ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਤਾਂ ਜਿਸ ਕਰਕੇ ਮੈਨੂੰ ਇਸ ਜਨਮ ਦੀ ਪ੍ਰਾਪਤੀ ਹੋਈ ਹੈ। ਤਾਂ ਜਿਹੜਾ ਗ੍ਰੰਥ ਪੜ੍ਹ ਕੇ ਕਿਤਾਬਾਂ ਪੜ੍ਹ ਕੇ ਸਿਮਰਨ ਨਹੀਂ ਕਰਦਾ, ਸਿਰਫ ਸਿਰ ਹੀ ਫਸਾਉਂਦਾ ਰਹਿੰਦਾ, ਬੰਦਗੀ ਨਹੀਂ ਕਰਦਾ, ਭਜਨ ਨਹੀਂ ਕਰਦਾ, ਉਹਨੂੰ ਕੁੱਤੇ ਦਾ ਜਨਮ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਜਾਤ ਭਾਈ ਆਖਿਆ ਵਾ, ਜਿਹੜੇ ਪੜ੍ਹ ਕੇ ਵੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਬਦਗੀ ਨਹੀਂ ਕਰਦੇ। ਤਾਂ ਸਤਿਗੁਰੂ ਜੀ ਨੇ ਉੱਥੇ ਫਿਰ ਪੰਡਿਤ ਗੋਪਾਲ ਦੱਤ ਦੇ ਹਿਰਦੇ ਨੂੰ ਠੰਡ ਪਾਉਣ ਵਾਸਤੇ ਉਹਨੇ ਬੇਨਤੀ ਕੀਤੀ ਸੀ, ਫਿਰ ਮਹਾਰਾਜ ਸਾਡੇ ਹਿਰਦੇ ਨੂੰ ਕਿੱਦਾਂ ਠੰਡ ਪਵੇ, ਤੁਸੀਂ ਕਿਰਪਾ ਕਰਕੇ ਕੋਈ ਉਪਦੇਸ਼ ਦਿਓ। ਤਾਂ ਸਤਿਗੁਰੂ ਜੀ ਨੇ ਚਤੁਰ ਸਲੋਕੀ ਗੀਤਾ ਉਚਾਰਨ ਕੀਤੀ ਸੀ, ਸੰਸਕ੍ਰਿਤੀ ਵਿੱਚ ਪਵਿੱਤਰ ਸ਼ਬਦ ਉਚਾਰਨ ਕੀਤੇ ਸੀ, ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਖਲ ਸਮਾਦੰਗ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ ਗਲ ਮਾਲਾ ਤਿਲਕ ਲਲਾਟੰਗ ਦੋਏ ਧੋਤੀ ਬਸਤਰ ਕਪਾਟੰਗ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮ ਕਹੁ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਵੈ ਨਿਹਫਲੰਗ ਤਸ ਜਨਮਸ ਜਾਵਤ ਬ੍ਰਹਮ ਨਾ ਬਿੰਦਤੇ। ਜਿੰਨਾ ਚਿਰ ਤੂੰ ਰੱਬ ਨਹੀਂ ਜਾਣਦਾ ਉਨਾ ਚਿਰ ਜੋ ਮਰਜ਼ੀ ਕਰ ਲਾ ਸਭ ਕੁਝ ਨਿਸਫਲ ਹੈ। ਤਾਂ ਸਤਿਗੁਰੂ ਜੀ ਨੇ ਉੱਥੇ ਇਹ ਚਾਰ ਸ਼ਬਦਾਂ 'ਚ ਉਪਦੇਸ਼ ਦਿੱਤਾ ਸੀ, ਜਿਹਨੂੰ ਪੜ੍ਹ ਕੇ ਠੰਡ ਪਈ। ਤਾਂ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਇਹਦੇ ਪੋਤਰੇ ਲੱਗਦੇ ਨੇ ਪੰਡਿਤ ਗੋਪਾਲ ਦੱਤ ਦੇ, ਇਹਨਾਂ ਨੂੰ ਵੀ ਜਦੋਂ ਪੜ੍ਹ ਕੇ ਸ਼ਾਂਤੀ ਨਾ ਪ੍ਰਾਪਤ ਹੋਈ, ਇਹਨਾਂ ਆਪਣੇ ਵੱਡਿਆਂ ਦਾ ਪੁਸਤਕਾਲਿਆ ਖੋਜਿਆ, ਖੋਜਦਿਆਂ ਖੋਜਦਿਆਂ ਉੱਚੋਂ ਇਹ ਚਾਰ ਸ਼ਬਦ ਪ੍ਰਾਪਤ ਹੋਏ ਸੀ। ਇਹਨੂੰ ਪੜ੍ਹ ਕੇ ਇਹਨਾਂ ਦੇ ਹਿਰਦੇ ਨੂੰ ਠੰਡ ਪਈ, ਵਾਰੀ ਵਾਰੀ ਪੜ੍ਹਨ ਸ਼ਾਂਤੀ ਆਵੇ। ਤਾਂ ਇਹਨਾਂ ਨੇ ਪੁੱਛਿਆ ਵੀ ਹੁਣ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਗੱਦੀ 'ਤੇ ਕੌਣ ਬਰਾਜਦਾ ਹੈ। ਪਤਾ ਲੱਗਾ ਵੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਗਰੀਬ ਨਿਵਾਜ ਪਤਿਤ ਉਧਾਰਨ ਬਰਾਜਦੇ ਹਨ। ਤਾਂ ਇਹ ਸੁਜਸ ਸੁਣ ਕੇ ਫਿਰ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ। ਤਾਂ ਕੀ ਕਹਿੰਦੇ ਹਨ ਸੱਚੇ ਪਾਤਸ਼ਾਹ, ਜਿਹੜੇ ਸਾਡੇ ਪਿਤਾਮਾ ਸੀ, ਦਾਦਾ ਜੀ ਸਨ, ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਤਾਰਿਆ ਸੀ। ਤਬ ਉਪਦੇਸ਼ ਗੁਰੂ ਜੀ ਦੀਨਸ ਸਤਨਾਮ ਲਿਵਦਈ ਲਗਾਏ। ਤਾਂ ਜਿਹੜੇ ਸਾਡੇ ਪਿਤਾਮਾ ਸੀ ਉਹਨਾਂ ਬੜੀ ਭਾਉ ਭਗਤ ਨਾਲ ਮਹਾਰਾਜ ਦੀ ਸੇਵਾ ਕੀਤੀ ਸੀ, ਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਤੇ ਸਤਨਾਮ ਦੇ ਵਿੱਚ ਉਹਨਾਂ ਦੀ ਸੁਰਤ ਜੋੜ ਦਿੱਤੀ ਸੀ। ਆਪਣੇ ਘਰੇ ਸਲੋਕ ਚਾਰ ਤਬ ਕਰ ਕਾਗਦ ਪਰ ਦੇ ਲਿਖਾਏ। ਤਾਂ ਚਾਰ ਸਲੋਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਲਿਖਵਾਏ ਸੀ ਉਹਨਾਂ ਨੂੰ। ਲਿਖੇ ਪਿਤਾਮੇ ਕੇ ਸੋ ਘਰ ਮਹਿ ਹੇਰ ਹਮੋ ਸੋ ਕੰਠ ਕਰਾਏ। ਉਹ ਜਿਹੜੇ ਲਿਖੇ ਹੋਏ ਸਨ
ਤਾਂ ਉਹ ਅਸੀਂ ਲਿਖ ਕੇ ਲਿਆਏ ਆ, ਸਾਨੂੰ ਕੰਠ ਵੀ ਕਰਾਏ ਸਨ। ਜਿਨ ਮਹਿ ਦੰਬ ਨਿਕੰਦਨ ਕੀਨਸ ਪੁਰ ਕੋ ਸਾਚ ਸੋ ਲੇਖੈ ਪਾਏ। ਉਹ ਚਾਰ ਸਲੋਕਾਂ ਵਿਚ ਮਹਾਰਾਜ ਨੇ ਪਖੰਡ ਨੂੰ ਖੰਡਿਆ ਹੈ, ਪਖੰਡ ਨੂੰ ਰੱਦ ਕੀਤਾ ਹੈ, ਤੇ ਹਿਰਦੇ ਨੂੰ ਮਹਾਰਾਜ ਜੀ ਨੇ ਸੱਚ ਦੀ ਪ੍ਰਾਪਤੀ ਕਰਾਉਣ ਵਾਲਾ ਉਪਦੇਸ਼ ਦਿੱਤਾ ਹੈ। ਔਰ ਜਿਹੜੇ ਸੱਚ ਦੀ ਪ੍ਰਾਪਤੀ ਕਰ ਲੈਂਦੇ ਆ, ਹਿਰਦੇ ਵਿੱਚ ਸੱਤ ਰੂਪ ਪਰਮਾਤਮਾ ਪ੍ਰਾਪਤ ਹੁੰਦਾ, ਉਹ ਲੇਖੇ 'ਚ ਪੈਂਦੇ ਹਨ। ਬਾਕੀ ਸਭ ਪਖੰਡ ਗਲ ਮਾਲਾ, ਗਲਾਂ 'ਚ ਮਾਲਾ ਪਾਉਣੀਆਂ, ਮੱਥੇ ਤਿਲਕ ਲਾਉਣੇ, ਇਹ ਕਿਸੇ ਲੇਖੇ 'ਚ ਨਹੀਂ ਆਉਂਦੇ ਹਨ। ਪੜ ਪੁਸਤਕ ਅਰ ਸੰਧਿਆ ਬਾਦੰ ਇਤਿਹਾਦਕ ਪੜ ਦਹੇ ਸੁਣਾਏ। ਤਾਂ ਪੜ ਪੁਸਤਕ ਸੰਧਿਆ ਬਾਦੰ ਆਦਿ ਜਿਹੜੇ ਸ਼ਬਦ ਹਨ, ਇਹ ਮਹਾਰਾਜ ਨੇ ਉੱਥੇ ਉਚਾਰਨ ਕੀਤੇ ਸੀ। ਇਹ ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਇਹਨਾਂ ਨੇ ਸੁਣਾਏ, ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਗੁਰਦਾਸ ਜੀ ਤੋਂ ਗੁਰੂ ਗ੍ਰੰਥ ਸਾਹਿਬ ਚ ਲਿਖਾਏ ਹਨ। ਤੁਮਨੇ ਕਰੇ ਸੋ ਹਮੇ ਲਿਖਾਵੋ, ਨਾਹੇ ਤਾਂ ਦੀ ਜੈ ਅਬ ਹੈ ਬਣਾਏ। ਜੇ ਹੇ ਸੱਚੇ ਪਾਤਸ਼ਾਹ, ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਹੜੇ ਤੁਸੀਂ ਲਿਖੇ ਹਨ ਸਾਨੂੰ ਲਿਖਵਾਓ, ਨਹੀਂ ਤਾਂ ਹੁਣੇ ਹੀ ਬਣਾ ਦੇਵੋ ਲਿਖ ਕੇ, ਜੇ ਕੰਠ ਹਨ ਜਵਾਨੀ ਤੁਹਾਨੂੰ। ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਹੁਕਮ ਕੀਤਾ। ਜਿਸ ਤੇ ਗੁਰਮਤ ਕੋ ਹਮ ਧਰ ਕੇ ਸਤਨਾਮ ਭਜ ਪ੍ਰਭ ਗੁਣ ਗਾਏ। ਜਿਸ ਕਰਕੇ ਗੁਰਮਤ ਦੀ ਪ੍ਰਾਪਤੀ ਸੰਗਤਾਂ ਨੂੰ ਹੋਵੇ, ਤੇ ਸਤਨਾਮ ਦਾ ਸਿਮਰਨ ਕਰਕੇ ਵਾਹਿਗੁਰੂ ਦੇ ਗੁਣ ਗਾਉਣ। ਸਾਰ ਕਰੋ ਉਪਦੇਸ਼ਨ ਸ੍ਰੀ ਗੁਰ ਉਰ ਉਜਲ ਜਿਸ ਤੇ ਹੋਏ ਜਾਏ। ਤਾਂ ਇਸ ਪ੍ਰਕਾਰ ਫਿਰ ਇਹਨਾਂ ਨੇ ਲਿਖਵਾਏ ਸੀ। ਤਾਂ ਫਿਰ ਇਹਨਾਂ ਦੋਵਾਂ ਪੰਡਤਾਂ ਨੇ, ਭਰਾਵਾਂ ਨੇ ਬੇਨਤੀ ਕੀਤੀ ਕਿ ਹੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਤੁਸੀਂ ਸਾਨੂੰ ਵੀ ਕਿਰਪਾ ਕਰਕੇ ਉਪਦੇਸ਼ ਦਿਓ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸਾਡੇ ਦਾਦਾ ਜੀ ਨੂੰ ਤਾਰਿਆ ਹੈ, ਸਾਨੂੰ ਵੀ ਕਿਰਪਾ ਕਰਕੇ ਤੁਸੀਂ ਠੰਡ ਪਾਓ। ਤਾਂ ਐਸਾ ਉਪਦੇਸ਼ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਇਹਨਾਂ ਬੇਨਤੀ ਕਰਕੇ ਕਿਹਾ ਸੀ, ਜਿਸ ਕਰਕੇ ਹਿਰਦਾ ਉੱਜਲ ਹੋਵੇ, ਸ਼ਾਂਤ ਹੋਵੇ। ਸਾਰ ਉਪਦੇਸ਼ ਕਰੋ ਸੱਚੇ ਪਾਤਸ਼ਾਹ, ਇਹ ਕਿਰਪਾ ਕਰੋ ਸਾਡੇ ਉੱਪਰ। ਨਿਜ ਮੁਖ ਸੰਗ ਸਲੋਕ ਰਚੋਬਰ ਸਹੰਸ ਕਿਰਤੀ ਕੀ ਰੀਤੀ ਪਾਏ। ਤਾਂ ਆਪਣੇ ਸੁਭਾਏ ਮਾਨ ਸੋਹਣੇ ਮੁਖ ਤੋਂ ਅੰਮ੍ਰਿਤ ਰੂਪੀ ਸਲੋਕ ਉਚਾਰਨ ਕਰੋ ਸਹਿਸ ਕ੍ਰਿਤੀ ਦੇ ਵਿੱਚ, ਜਿਵੇਂ ਵੱਡੇ ਸਤਿਗੁਰਾਂ ਨੇ ਪ੍ਰਾਕ੍ਰਿਤ ਦੇ ਵਿੱਚ, ਆਮ ਭਾਸ਼ਾ ਦੇ ਵਿੱਚ, ਸਾਧੂ ਭਾਸ਼ਾ ਵਿੱਚ ਉਚਾਰਨ ਕੀਤੇ ਹਨ। ਸੁਣ ਦਜ ਪਰਤੇ ਪ੍ਰੀਤ ਹੇਰ ਕਰ ਸ੍ਰੀ ਅਰਜਨ ਜੀ ਤਪ ਹੈ ਬਣਾਏ। ਤਾਂ ਸੁਣ ਕੇ ਇਹਨਾਂ ਦੋਵਾਂ ਦੀ ਬੇਨਤੀ, ਇਹਨਾਂ ਬੇਨਤੀ ਕੀਤੀ ਸੀ ਕਿ ਹੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਐਸਾ ਉਪਦੇਸ਼ ਦਿਓ ਜਿਸ ਕਰਕੇ ਸਾਡਾ ਜੰਮਣ ਮਰਨ ਕੱਟਿਆ ਜਾਵੇ, ਐਸੀ ਕਿਰਪਾ ਕਰੋ ਸਾਡੇ ਉੱਪਰ। ਤਾਂ ਸਤਿਗੁਰੂ ਜੀ ਨੇ ਸਾਰ ਬਚਨ ਕੀਤਾ ਸੀ ਕਿ ਜੰਮਣ ਮਰਨ ਦਾ ਕਾਰਨ ਇੱਕ ਤਾਂ ਮੋਹ ਹੈ, ਤੇ ਦੂਸਰਾ ਸਰੀਰ ਦੀ ਹਉਮੈ, ਹੰਕਾਰ ਜਿਹਨੂੰ ਦੇਹ ਅਧਿਆਸ ਕਹਿੰਦੇ ਹਨ। ਇੱਕ ਤਾਂ ਮੋਹ ਕਰਕੇ ਬੰਦਾ ਦੁਬਾਰਾ ਦੁਬਾਰਾ ਸੰਸਾਰ 'ਚ ਆਉਂਦਾ ਹੈ, ਇੱਕ ਹੰਕਾਰ ਜਿਹੜਾ ਸਰੀਰ ਦਾ ਕਰਨਾ ਵੀ ਮੈਂ ਸਰੀਰ ਹਾਂ, ਇਹ ਜਿਹੜੀ ਹੰਗਤਾ ਸਿਰ 'ਤੇ ਛੇ ਮਣ ਦੀ ਚੁੱਕੀ ਫਿਰਦੀ ਹੈ, ਆਤਮਾ ਤੇ ਜਿਹੜਾ ਛੇ ਮਣ ਦਾ ਭਾਰ ਚੁੱਕਣਾ ਸਰੀਰ ਦਾ ਵੀ ਮੈਂ ਸਰੀਰ ਹਾਂ,
ਇਹ ਬੰਦੇ ਨੂੰ ਵਾਰੀ ਵਾਰੀ ਜੰਮਣ ਮਰਨ ਦੇ ਵਿੱਚ ਲੈ ਕੇ ਆਉਂਦਾ ਹੈ। ਸਭ ਸਲੋਕਿਆ ਸਹਸ ਕਿਰਤੀ ਮਹਿ ਬਾਹਰੋ ਗਾਥਾ ਰੁਚਿਰ ਸੁਹਾਏ। ਤਾਂ ਇਹ ਫਿਰ ਸਲੋਕ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤੇ ਸਨ, ਜਿਨ੍ਹਾਂ ਦੀ ਆਰੰਭਤਾ ਵਿੱਚ ਮੋਹ ਤੋੜਿਆ ਮਹਾਰਾਜ ਨੇ। ਮੋਹ ਕਿੱਦਾਂ ਤੋੜਿਆ ਹੈ? ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬੇ ਅਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿਆਂ ਅਚੁੱਤ ਤਨੈ। ਜਿਹੜਾ ਮਾਤਾ ਦਾ ਮੋਹ ਹੈ ਇਹ ਵੀ ਝੂਠਾ ਹੈ, ਪਿਤਾ ਦਾ ਮੋਹ ਇਹ ਵੀ ਝੂਠਾ ਹੈ, ਜਿਹੜਾ ਘਰ ਵਾਲੀ ਦਾ ਮੋਹ ਕਰਨਾ, ਬੱਚਿਆਂ ਦਾ ਮੋਹ ਕਰਨਾ, ਭੈਣ ਭਰਾਵਾਂ ਦਾ ਮੋਹ ਕਰਨਾ, ਇਹ ਵੀ ਸਾਰਾ ਝੂਠਾ ਹੈ। ਜਿਹੜਾ ਤੂੰ ਪੈਸੇ ਦਾ ਮੋਹ ਕਰਦਾ, ਇੰਨਾ ਪੈਸੇ ਦਾ ਮੋਹ ਕਰਦਾ ਵੀ ਰਾਤ ਦਿਨ ਪੈਸੇ ਵਿੱਚ ਹੀ ਸੁਰਤੀ ਬਿਰਤੀ ਲੱਗੀ ਰਹਿੰਦੀ ਹੈ, ਇਹਨੇ ਤੈਨੂੰ ਛੱਡ ਕੇ ਚਲੇ ਜਾਣਾ ਹੈ, ਗਾਂਹ ਅੱਗੇ ਚਲੇ ਜਾਣਾ ਹੈ, ਇੱਕੋ ਇੱਕ ਤੇਰੇ ਨਾਲ ਵਾਹਿਗੁਰੂ ਦਾ ਸਿਮਰਨ ਜਾਣਾ ਹੈ। ਜਿਹੜੇ ਰੱਬ ਦੇ ਸ਼ਹਿਜਾਦੇ ਰੱਬ ਦੇ ਪੁੱਤ ਸੰਤ ਜਨ ਨੇ ਉਹਨਾਂ ਦੀ ਸੰਗਤ ਵਿੱਚ ਉਹ ਸਿਮਰਨ ਮਿਲਦਾ ਹੈ। ਤਾਂ ਇਸ ਪ੍ਰਕਾਰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ, ਤ੍ਰਿਗੰਤ ਮਾਤ ਪਿਤਾ ਸਨੇਹੰਗ ਤ੍ਰਿਗ ਸਨੇਹੰਗ ਭਰਾਤ ਬਾਂਧ ਵਹਿ ਤ੍ਰਿਗ ਸਨੇਹੰਗ ਬੰਤਾ ਬਿਲਾਸ ਉਤਹਿ ਜਾਂ ਮਿਥਿਅੰਤ ਦੇਹੰਗ ਖਿਣੰਤ ਬਲਨੰਗ ਬਰਦੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਅਥਿਤ ਭਵਨੰਗ। ਇਹ ਉਪਦੇਸ਼ ਦਿੱਤਾ ਸੀ ਕਿ ਸੱਜਣਾ ਇਹ ਸਰੀਰ ਤੇਰਾ ਸਦਾ ਰਹਿਣਾ ਨਹੀਂ ਹੈ, ਇਹ ਸਰੀਰ ਨੇ ਖਤਮ ਹੋ ਜਾਣਾ ਹੈ। ਜਿਵੇਂ ਮਹਾਂਪੁਰਖ ਪੰਥ ਰਤਨ ਸੱਚਖੰਡ ਵਾਸੀ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਬੜੀ ਛੋਟੀ ਉਮਰ ਦੇ ਵਿੱਚ ਹੀ ਉਹ ਸਰੀਰ ਛੱਡ ਗਏ ਸਨ, ਤਾਂ ਉਹਨਾਂ ਦੇ ਜਿਹੜੇ ਵੱਡੇ ਭਰਾਤਾ ਸੀ ਪਰਮ ਪੂਜਨੀਕ ਬ੍ਰਹਮ ਗਿਆਨੀ ਸੰਤ ਗਿਆਨੀ ਇੰਦਰ ਸਿੰਘ ਜੀ ਖਾਲਸਾ ਮੋਗੇ ਦੇ ਵਿੱਚ ਬੜਾ ਚਿਰ ਬਦਨੀ ਦੇ ਵਿੱਚ ਰਹੇ ਹਨ, ਉਹ ਜਿਹੜੇ ਮਹਾਂਪੁਰਖ ਸੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਵੀ ਤੁਹਾਡੇ ਭਰਾ ਚੜ੍ਹਾਈ ਕਰਕੇ ਜਿਹੜੇ ਛੋਟੇ ਭਰਾ ਸੀ ਆਪ ਜੀ ਦੋ ਮਿੰਟ ਕੁਝ ਬੋਲੋ। ਤਾਂ ਉਹਨਾਂ ਇੱਕ ਸ਼ਬਦ ਪੜ੍ਹਿਆ ਸੀ, ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ ਬਿਨਸਤ ਬਾਰ ਨਾ ਲੱਗ ਗਈ ਜਿਉਂ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਨੇ ਮਾਹੇ ਸੱਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ ਜੈਸਾ ਸੁਪਨਾ ਰੈਨ ਕਾ ਤੈਸਾ ਇਹੋ ਸੰਸਾਰ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲੱਗੈ ਗਵਾਰ ਕਹਾਂ ਸੋ ਭਾਈ ਮੀਤ ਹੈ ਦੇਖ ਨੈਨ ਪਸਾਰ।
ਭਰਾ ਕਿੱਥੇ ਹੈ ਅੱਖਾਂ ਖੋਲ ਕੇ ਦੇਖ। ਇੱਕ ਚਾਲੇ ਇੱਕ ਚਾਲ ਸੇ ਸਭ ਆਪਣੀ ਵਾਰ, ਇਹ ਸ਼ਬਦ ਪੜ੍ਹ ਕੇ ਸਾਰੀ ਸੰਗਤ ਦੇ ਨੇਤਰਾਂ ਚੋਂ ਅੱਥਰੂ ਉਹਨਾਂ ਵਗਾ ਦਿੱਤੇ। ਐਸਾ ਸ਼ਬਦ ਉਹਨਾਂ ਨੇ ਉੱਚੀ ਸਾਰੀ ਸੰਗਤ ਦੇ ਵਿੱਚ ਪੜ੍ਹਿਆ, ਜਿਹਨੂੰ ਮਹਾਰਾਜ ਜੀ ਰੋਜ਼ ਸਮਝਾਉਂਦੇ ਹਨ, ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ, ਜਾਂ ਮਹਾਂਪੁਰਖ ਬ੍ਰਹਮ ਗਿਆਨੀ ਧਾਰਨਾ ਦੇ ਵਿੱਚ ਵੀ ਪੜ੍ਹ ਲੈਂਦੇ ਹਨ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਬਚਨਾਂ ਨੂੰ ਕਿ ਇੱਕ ਨਾਮ ਨੇ ਸਹਾਇਤਾ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ ਤੇਰਾ। ਤਾਂ ਇੱਦਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਮੋਹ ਤੇ ਦੇਹ ਹੰਗਤਾ ਜਿਹੜੀ ਸੀ ਉਹ ਸਾਧ ਸੰਗਤ ਜੀ ਤੋੜ ਦਿੱਤੀ। ਤਾਂ ਜਿਹਦਾ ਮੋਹ ਨਿਕਲ ਜੇ, ਮੇਰਾ ਖਤਮ ਹੋ ਜੇ, ਤੇ ਜਿਹਦਾ ਹੰਕਾਰ ਨਿਕਲ ਜੇ ਵੀ ਮੈਂ ਸਰੀਰ ਨਹੀਂ ਹਾਂ, ਸਰੀਰ ਤੋਂ ਪਰੇ ਨੇ ਅੱਖਾਂ ਨੱਕ ਕੰਨ ਇੰਦਰੀਆਂ, ਸੂਕਸ਼ਮ ਨੇ। ਪਰੇ ਦਾ ਮਤਲਬ ਇਹ ਨਹੀਂ ਵੀ ਉਹ ਉੱਥੇ ਆ, ਪਰੇ ਦਾ ਮਤਲਬ ਬਰੀਕ ਸੂਕਸ਼ਮ। ਸਰੀਰ ਤੋਂ ਪਰੇ ਨੇ ਇੰਦਰੀਆਂ, ਇੰਦਰੀਆਂ ਤੋਂ ਪਰੇ ਹੈ ਮਨ, ਜੋ ਅੱਖਾਂ ਦੇਖਦੀਆਂ ਮਨ ਸਵਾਦ ਲੈਂਦਾ ਹੈ, ਜੋ ਕੰਨ ਸੁਣਦੇ ਨੇ ਮਨ ਸਵਾਦ ਲੈਂਦਾ ਹੈ, ਮਨ ਤੋਂ ਪਰੇ ਹੈ ਬੁੱਧੀ, ਵਿਚਾਰ ਸ਼ਕਤੀ ਜਿਹੜੀ ਵਿਚਾਰ ਕਰਦੀ ਆ, ਨਿਸ਼ਚੇ ਆਤਮਕਾ ਬੁੱਧੀ ਜਿਹੜੀ ਨਿਸ਼ਚਾ ਕਰਦੀ ਵੀ ਕਰਦੇ ਕੰਮ, ਮਨ ਖਿਆਲ ਪੈਦਾ ਕਰਦਾ ਹੈ, ਵਾਰੀ ਵਾਰੀ ਜਿਹੜੇ ਖਿਆਲ ਆਉਣੇ ਮਨ ਦਾ ਸੁਭਾਅ ਹੈ, ਉਹਨਾਂ ਖਿਆਲਾਂ 'ਚੋਂ ਇੱਕ ਖਿਆਲ ਚੁੱਕ ਲੈਣਾ, ਉੱਤੇ ਮੋਹਰ ਲਾ ਦੇਣੀ, ਜਿਵੇਂ ਨੌਕਰ ਫਾਈਲ ਲਿਆਉਂਦਾ ਅਤੇ ਆਫਿਸਰ ਉੱਤੇ ਸਾਈਨ ਕਰਦਾ। ਤਾਂ ਮਨ ਨੌਕਰ ਹੈ, ਖਿਆਲ ਪੈਦਾ ਕਰਦਾ ਵੀ ਆਹ ਕੰਮ ਕਰੀਏ, ਬੁੱਧੀ ਉੱਤੇ ਸਾਈਨ ਮਾਰ ਦਿੰਦੀ ਕਰਦੇ, ਫਿਰ ਸਰੀਰ ਤੁਰ ਪੈਂਦਾ। ਇੰਨਾ ਕੁ ਫਰਕ ਹੁੰਦਾ ਮਨ ਅਤੇ ਬੁੱਧੀ ਦਾ। ਇਸੇ ਤਰ੍ਹਾਂ ਚਿੱਤ ਵੀ ਕਹਿ ਦਿੰਦੇ ਨੇ, ਜਿਹੜਾ ਲਗਾਤਾਰ ਇੱਕ ਸਾਰ ਚੇਤੇ ਕਰਨਾ, ਕਿਸੇ ਨੂੰ ਯਾਦ ਕਰਦੇ ਰਹਿਣਾ, ਸਿਮਰਨ ਕਰਦੇ ਰਹਿਣਾ, ਉਹਨੂੰ ਚਿੱਤ ਕਹਿ ਦਿੰਦੇ ਹਨ। ਅਤੇ ਜਿਹੜਾ ਕਹਿੰਦਾ ਵੀ ਮੈਂ ਕਰਦਾ, ਉਹਨੂੰ ਹੰਕਾਰ ਕਹਿੰਦੇ ਹਨ। ਮੈਂ ਕਰ ਦੂੰਗਾ ਜੀ, ਕੋਈ ਗੱਲ ਨਹੀਂ, ਘਬਰਾਓ ਨਾ, ਇਹਨੂੰ ਹਉਮੈ ਕਹਿੰਦੇ ਸਰੀਰ ਦੇ ਵਿੱਚ। ਤਾਂ ਇੱਦਾਂ ਫਿਰ ਸਾਧ ਸੰਗਤ ਜੀ ਪਹਿਲਾਂ ਮੋਹ ਛੱਡੇ ਵੀ ਬੁੱਧੀ ਹੈ, ਬੁੱਧੀ ਤੋਂ ਪਰੇ ਆਤਮਾ ਜਿਹਨੂੰ ਚੌਥਾ ਪਦ ਕਹਿੰਦੇ ਹਨ, ਉਹਦੇ ਵਿੱਚ ਸੁਰਤ ਜੋੜ ਕੇ ਬਹਿਣਾ ਚਾਹੀਦਾ ਸਿਮਰਨ ਕਰਨ ਵਾਲੇ ਨੂੰ, ਬਾਣੀ ਪੜ੍ਹਨ ਵਾਲੇ। ਬਹੁਤਾ ਤਾਂ ਇੱਦਾਂ ਹੀ ਹੁੰਦਾ ਵਾ ਵੀ ਜੇ ਬਾਣੀ ਵੀ ਪੜ੍ਹੀਏ ਤਾਂ ਚਿੱਤ ਚੱਲੀ ਜਾਂਦਾ, ਖਿਆਲ ਚੱਲੀ ਜਾਂਦੇ, ਵਿਚਾਰ ਚੱਲੀ ਜਾਂਦੇ। ਤਾਂ ਜਿਹੜਾ ਇਹਨਾਂ ਖਿਆਲਾਂ ਨੂੰ ਦੇਖਣ ਵਾਲਾ ਹੈ ਵੀ ਹੁਣ ਮੈਨੂੰ ਆਹ ਖਿਆਲ ਆਇਆ, ਹੁਣ ਮੈਨੂੰ ਆਹ ਖਿਆਲ ਆਇਆ, ਹੁਣ ਕਦੀ ਕਾਮ ਦਾ ਆ ਗਿਆ, ਕਦੀ ਕ੍ਰੋਧ ਦਾ ਆ ਗਿਆ, ਕਦੀ ਬਿਜ਼ਨਸ ਦਾ ਆ ਜਾਂਦਾ ਵੀ ਆਹ ਕੰਮ ਕਰੀਏ ਬੜੇ ਪੈਸੇ ਬਣਨਗੇ, ਇਕੱਲਾ ਹੀ ਬੈਠਾ ਹੱਸੀ ਜਾਂਦਾ। ਤਾਂ ਉਹ ਜਿਹੜਾ ਦੇਖਣ ਵਾਲਾ ਨਾ ਵੀ ਕਿਹਨੂੰ ਖਿਆਲ ਆਉਂਦੇ ਪਏ, ਉਹ ਚੌਥੇ 'ਚ ਚਿੱਤ ਜੋੜ ਕੇ ਰੱਖਣਾ ਚਾਹੀਦਾ। ਤਾਂ ਇੱਦਾਂ ਮਹਾਰਾਜ ਨੇ ਮੋਹ ਅਤੇ ਹੰਗਤਾ ਜਿਹੜੀ ਸੀ ਇਹ ਤੋੜੀ ਸੀ ਪੰਡਿਤ ਕ੍ਰਿਸ਼ਨ ਲਾਲ ਦੀ, ਪੰਡਿਤ ਹਰੀ ਲਾਲ ਜੀ ਦੀ, ਸੱਚੇ ਪਾਤਸ਼ਾਹ ਨੇ ਸਿਮਰਨ ਦੀ ਯੁਗਤੀ ਦੇ ਕੇ ਤੋੜ ਦਿੱਤੀ ਸੀ। ਕਿਉਂ ਸਿਮਰਨ ਦੇ ਨਾਲ ਨਾਲ ਇਹ ਜਿਹੜਾ ਗਿਆਨ ਹੈ ਇਹ ਫੇਰ ਹੀ ਕੰਮ ਕਰਦਾ ਜੇ ਸਿਮਰਨ ਕਰੀਏ। ਜੇ ਇਕੱਲਾ ਸੋਚੀ ਜਾਵੇ ਵੀ ਮੈਨੂੰ ਹੁਣ ਮੈਂ ਚੌਥੇ 'ਚ ਆਤਮਾ ਵਾਂ, ਮੈਂ
ਸਰੀਰ ਤੋਂ ਵੱਖਰਾ ਇੱਦਾਂ ਵੀ ਕੁਝ ਨਹੀਂ ਹੁੰਦਾ, ਸੁਣਿਆ ਵੀ ਕੁਝ ਨਹੀਂ ਹੁੰਦਾ ਜੇ ਨਾਲ ਸਿਮਰਨ ਨਾ ਕਰੀਏ। ਜਿਵੇਂ ਪੰਥ ਰਤਨ ਮਹਾਰਾਜ ਜੀ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂ ਆਉਣ ਵਾਲਿਆਂ ਨੇ ਪ੍ਰਸ਼ਨ ਕੀਤਾ ਸੀ ਕਿ ਗਿਆਨੀ ਜੀ ਤੁਸੀਂ ਤਾਂ ਬੜੇ ਬਲੀ ਹਾਂ, ਤਾਕਤਵਰ ਹਾਂ, ਤੁਸੀਂ ਤਾਂ ਫਿਰ ਗਿਆਨ ਦੇ ਨਾਲ ਮਨ ਰੋਕ ਲੈਂਦੇ ਹੋਵੋਗੇ, ਚਿੱਤ ਤੋਂ ਚਿੰਤ ਤੋਂ ਅਚਿੰਤ ਹੁੰਦੇ ਹੋਵੋਗੇ, ਅਤੇ ਅਸੀਂ ਤਾਂ ਸਿਮਰਨ ਦੇ ਆਸਰੇ ਮਨ ਨੂੰ ਰੋਕਦੇ ਹਾਂ, ਖਿਆਲਾਂ ਨੂੰ ਰੋਕ ਲੈਂਦੇ ਸਿਮਰਨ ਚਲਾ ਕੇ। ਤਾਂ ਮਹਾਂਪੁਰਖਾਂ ਨੇ ਆਖਿਆ ਸੀ ਕਿ ਸਤਿਪੁਰਖੋ ਮਹਾਂਪੁਰਖੋ, ਸਿਮਰਨ ਦਾ ਤਰੀਕਾ ਹੀ ਸੌਖਾ ਅਤੇ ਸਭ ਤੋਂ ਵਧੀਆ ਹੈ। ਖਿਆਲਾਂ ਨੂੰ ਰੋਕਣ ਵਾਸਤੇ ਮਨ ਨੂੰ ਪਹਿਲਾਂ ਸਿਮਰਨ 'ਚ ਜੋੜੇ, ਫਿਰ ਜਦੋਂ ਚਿੰਤ ਤੋਂ ਅਚਿੰਤ ਹੋਵੇ ਤਾਂ ਫਿਰ ਸੁਰਤ ਜਿਹੜੀ ਉੱਚੀ ਚੜ੍ਹਦੀ ਹੈ। ਇਸ ਕਰਕੇ ਸਿਮਰਨ ਦਾ ਤਰੀਕਾ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਹੈ, ਇਹੀ ਅਪਣਾਉਣਾ ਚਾਹੀਦਾ ਸਾਰਿਆਂ ਨੂੰ, ਗਿਆਨ ਦੀ ਸਹਾਇਤਾ ਲੈ ਲੈਣੀ ਚਾਹੀਦੀ ਹੈ। ਨਾ ਤਾਂ ਇੱਦਾਂ ਮਹਾਂਪੁਰਖਾਂ ਨੇ ਸਮਝਾਇਆ ਸੀ। ਤਾਂ ਦੋ ਮਹਾਂਪੁਰਖ ਆਪਸ ਵਿੱਚ ਸਵਾਲ ਜਵਾਬ ਪ੍ਰੇਮ ਨਾਲ ਕਰਦੇ ਸੀ, ਇੱਕ ਮਸਤੂ ਆਣੇ ਵਾਲੇ ਇੱਕ ਭਿੰਡਰਾਂ ਵਾਲੇ ਸੰਤ ਆਪਸ ਵਿੱਚ ਬਹਿ ਕੇ ਕਰ ਲੈਂਦੇ ਸੀ। ਤਾਂ ਰਹੋ ਵਿਚਾਰ, ਤਾਂ ਸਤਿਗੁਰੂ ਜੀ ਨੇ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਦੀ ਬੇਨਤੀ ਮੰਨ ਕੇ ਸਹਿਸਕ੍ਰਿਤੀ ਉਚਾਰਨ ਕਰਕੇ ਉਹਨਾਂ ਦਾ ਮੋਹ ਤੋੜਿਆ ਸੀ, ਗਾਥਾ ਉਚਾਰਨ ਕਰਕੇ। ਸੁਣ ਦਵੈ ਭਰਾਤ ਆਨੰਦ ਦਵੈ ਕਰ, ਗੁਰ ਕੇ ਚਰਨ ਰਹੇ ਲਪਟ। ਦੋਵੇਂ ਭਰਾ ਸੁਣ ਕੇ ਬੜੇ ਖੁਸ਼ ਹੋਏ ਸੀ ਤੇ ਮਹਾਰਾਜ ਦੇ ਚਰਨ ਨਹੀਂ ਸੀ ਛੱਡਦੇ, ਐਸਾ ਪ੍ਰੇਮ ਚ ਖੋਬੇ ਸਨ। ਪ੍ਰਭੂ ਪ੍ਰੇਮ ਕੇ ਰਾਹ ਜਿਨ ਆਇਓ, ਸਤਨਾਮ ਸਿਮਰਨ ਮਨ ਪਾਏ। ਤਾਂ ਪ੍ਰਭੂ ਦੇ ਪ੍ਰੇਮ ਦੇ ਰਾਹ ਵਿੱਚ ਆਏ ਸਨ, ਸਤਨਾਮ ਦਾ ਸਿਮਰਨ ਦਿੱਤਾ ਸੀ ਮਹਾਰਾਜ ਨੇ। ਜਬ ਹੈ ਬੰਦਨਾ ਕੀਨਸ ਗੁਰ ਪਗ, ਮਨ ਮਹਿ ਵਧਿਓ ਆਨੰਦ ਬਲੰਦ। ਸਤਿਗੁਰੂ ਜੀ ਦੇ ਚਰਨਾਂ ਤੇ ਜਦੋਂ ਨਮਸਕਾਰ ਕੀਤੀ, ਉਸੇ ਵੇਲੇ ਮਨ ਵਿੱਚ ਆਨੰਦ ਵੱਧ ਗਿਆ ਸੀ ਬਹੁਤ ਜ਼ਿਆਦਾ। ਉਹ ਤਦ ਕਰਤ ਭਏ ਸ਼੍ਰੀ ਅਰਜਨ, ਰਾਮ ਚੰਦ ਤੁਮ ਰੂਪ ਮੁਕੰਦ। ਮਹਾਰਾਜ ਦੀ ਉਸਤਤ ਕੀਤੀ ਸੀ ਕਿ ਹੇ ਸੱਚੇ ਪਾਤਸ਼ਾਹ, ਲੋਕਾਂ ਨੇ ਸ਼੍ਰੀ ਰਾਮ ਚੰਦਰ ਬਾਰੇ ਸੁਣਿਆ ਹੈ, ਪਰ ਅਸੀਂ ਜਿਹੜਾ ਗ੍ਰੰਥਾਂ ਵਿੱਚ ਸ਼੍ਰੀ ਰਾਮ ਚੰਦਰ ਪੜ੍ਹਿਆ ਸੀ, ਉਹ ਅੱਜ ਅਸੀਂ ਸਾਹਮਣੇ ਪ੍ਰਤੱਖ ਦੇਖਿਆ ਤੁਹਾਡੇ ਸਰੂਪ ਵਿੱਚ। ਕੰਸ ਬਿਨਾਸ਼ਕ ਕ੍ਰਿਸ਼ਨ ਆਪ ਹੋ, ਸ਼੍ਰੀ ਨਾਨਕ ਕੀ ਜੋਤ ਸੁਸ਼ੰਦ। ਜਿਹਨੂੰ ਕ੍ਰਿਸ਼ਨ ਜੀ ਨੂੰ ਲੋਕ ਮੰਦਰਾਂ ਚ ਲੱਭਦੇ ਫਿਰਦੇ ਨੇ, ਮੁਕਤੀ ਦਾਤੇ ਨੂੰ ਰਾਮ ਚੰਦਰ ਜੀ ਨੂੰ ਲੱਭਦੇ ਫਿਰਦੇ ਨੇ, ਉਹ ਕ੍ਰਿਸ਼ਨ ਜੇ ਲੱਭਣਾ ਹੈ ਤੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਕੋਲ ਆਣ ਕੇ ਲੱਭੋ, ਇੱਥੇ ਪ੍ਰਤੱਖ ਬੈਠੇ ਹਨ। ਬਾਣੀ ਨੇ ਵੀ ਇਹ ਬਚਨ ਉਚਾਰੇ ਹਨ। ਉਹੀ ਤ੍ਰਿਅੰਬਕ ਕਾਸ਼ੀਪੁਰ ਮਹਿ, ਤਾਰਕ ਮੰਤਰ ਦੇਤ ਸੋਹ ਕੰਧ। ਤੁਸੀਂ ਹੀ ਤ੍ਰਿਅੰਬਕ ਭਗਵਾਨ ਸ਼ਿਵ ਜੀ ਹੋ, ਕਾਸ਼ੀ ਵਿੱਚ ਰਹਿਣ ਵਾਲੇ ਮਰਨ ਲੱਗਿਆਂ ਤਾਰਕ ਮੰਤਰ ਸਿਮਰਨ ਦੇ ਕੇ ਤਾਰ ਦਿੰਦੇ ਹੋ। ਦੁਰੇ ਰਹੋ ਨੈ ਜਾਣ ਸਕਹਿ ਸਭ, ਜਿਸ ਪਰ ਆਪ ਹੋ ਤੇ ਅਨੁਕੂਲ। ਇਸ ਕਰਕੇ ਹੇ ਸੱਚੇ ਪਾਤਸ਼ਾਹ, ਬਾਣੀ ਨੇ ਵੀ ਆਖਿਆ, ਸਤਯੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਉਗਰ ਸੈਨਿਕੋ ਰਾਜ ਅਪੈ ਭਗਤਹਿ ਜਨ ਦੀਓ, ਕਾਲੀਯੁਗ ਪ੍ਰਮਾਣ ਨਾਨਕ ਗੁਰ ਅੰਗਦ ਆਪ ਕਹਾਓ। ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫਰਮਾਇਓ।
ਇੱਕ ਬੜੇ ਉੱਚ ਕੋਟੀ ਦੇ ਮਹਾਂਪੁਰਸ਼ ਹੋਏ ਨੇ, ਉਹ ਗੁਰਦੁਆਰੇ 'ਚ ਬੈਠੇ ਸੀ। ਉੱਥੇ ਇੱਕ ਪ੍ਰੇਮੀ ਆ ਗਿਆ ਅਤੇ ਉਹ ਸਿਮਰਨ ਕਰਦੇ ਪਏ ਸੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਉਹ ਲਾਗੇ ਬਹਿ ਕੇ ਕਹਿੰਦਾ, ਰਾਧੇ 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 ਰਾਧੇ, ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ, ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ ਹਰੇ, ਇੱਦਾਂ ਬਹਿ ਕੇ ਲਾਗੇ ਕਰਨ ਲੱਗ ਪਿਆ। ਸੰਤਾਂ ਨੇ, ਸੰਤ ਬੜੇ ਕਮਾਲ ਦੇ ਹੁੰਦੇ, ਹਿਰਦਾ ਬੜਾ ਪਵਿੱਤਰ ਆ, ਵੀ ਤੂੰ ਆਪਦੀ ਰਾਧੇ ਕਰ ਲਾ, ਮੈਂ ਆਪਦਾ ਗੁਰੂ ਨਾਨਕ ਯਾਦ ਕਰ ਲੈਂਦਾ ਵਾਂ, ਤੂੰ ਮੈਨੂੰ ਕਿਉਂ ਡਿਸਟਰਬ ਕਰਦਾ। ਸੰਤਾਂ ਉਹਨੂੰ ਤੇ ਕੁਝ ਨਹੀਂ ਕਿਹਾ ਤੇ ਉਹ ਉੱਠ ਕੇ ਸੰਤ ਨਾਲ ਗਾਂਹ ਹੋ ਗਏ। ਉਹਨੇ ਫਿਰ ਉਹ ਪਤਾ ਨਹੀਂ ਹੁਣ ਮਨ ਬਣਾ ਕੇ ਆਇਆ ਸੀ, ਉਹ ਜਾਣ ਕੇ ਲਾਗੇ ਜੇ ਹੋ ਕੇ ਫਿਰ ਰਾਧੇ ਰਾਧੇ ਕਰਨ ਲੱਗ ਪਏ। ਸੰਤ ਫਿਰ ਉੱਠ ਕੇ ਹੋਰ ਪਛਾਂ ਹੋ ਗਏ। ਉਹ ਪਤਾ ਨਹੀਂ ਕਿੱਥੋਂ ਵਿਗੜਿਆ ਪੀਰ ਆਇਆ ਸੀ, ਉਹ ਉੱਠ ਕੇ ਪਿੱਛੇ ਹੀ ਚਲੇ ਗਿਆ ਤੇ ਲਾਗੇ ਜਾ ਕੇ ਫਿਰ ਰਾਧੇ ਰਾਧੇ ਕਰਨ ਲੱਗ ਪਿਆ। ਸੰਤ ਵਿਚਾਰੇ ਉੱਠ ਕੇ ਫਿਰ ਪਛਾਂ ਹੋ ਗਏ। ਉਹ ਹੌਲੀ ਜੀ ਕਹਿੰਦਾ, ਕਿਉਂ ਬਾਬਾ ਜੀ, ਰਾਧੇ ਨਾਲ ਨਫ਼ਰਤ ਆ, ਕ੍ਰਿਸ਼ਨ ਨਾਲ ਨਫ਼ਰਤ ਆ, ਰਾਮ ਨਾਲ ਨਫ਼ਰਤ ਆ, ਮਿਰਚਾਂ ਲੱਗਦੀਆਂ। ਇੱਕ ਬੰਨੇ ਤੇ ਗੁਰਦੁਆਰੇ ਦੇ ਚਾਰ ਦਰਵਾਜ਼ੇ ਰੱਖਦੇ, ਦੂਜੇ ਬੰਨੇ ਨਫ਼ਰਤ ਵੀ ਨਹੀਂ ਛੱਡਦੇ ਆਪਦੇ ਦਿਲਾਂ ਦੀ। ਇੱਕ ਬੰਨੇ ਤੇ ਕਹਿੰਦੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ, ਕੋਈ ਆ ਜੇ ਕਿਸੇ ਧਰਮ ਦਾ ਆ ਜੇ। ਹੁਣ ਸਵਾਲ ਬੜਾ ਗਹਿਰਾ ਸੀ, ਦੱਸੋ ਕੋਈ ਜਵਾਬ ਦੇ ਸਕਦਾ? ਸਵਾਲ ਬੜਾ ਗਹਿਰਾ ਕਰਤਾ ਉਹਨੇ, ਵੀ ਬਾਬਾ ਜੀ, ਗੁਰਬਾਣੀ ਵਿੱਚ ਲਿਖਿਆ, ਬਲਹਾਰੀ ਜਾਊਂ ਜੇਤੇ ਤੇਰੇ, ਬਲਹਾਰ ਜਾਵਾਂ ਜਿੰਨੇ ਤੇਰੇ ਨਾਮ। ਤਾਂ ਤੁਸੀਂ ਨਫ਼ਰਤ ਕਰਦੇ ਆ ਕ੍ਰਿਸ਼ਨ ਰਾਧੇ ਨਾਲ? ਉਹ ਮਹਾਂਪੁਰਖ ਕਹਿਣ ਲੱਗੇ, ਨਹੀਂ ਭਰਾ, ਅਸੀਂ ਨਹੀਂ ਨਫ਼ਰਤ ਕਰਦੇ, ਕਿਸੇ ਨਾਲ ਨਹੀਂ ਕਰਦੇ। ਕਹਿੰਦਾ, ਫਿਰ ਨਫ਼ਰਤ ਨਹੀਂ ਕਰਦੇ ਤੇ ਫਿਰ ਮੇਰੇ ਨਾਲ ਕਹੋ ਰਾਧੇ ਰਾਧੇ ਰਾਧੇ, ਮੇਰੇ ਨਾਲ ਕਹੋ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ। ਕਹਿੰਦੇ, ਨਹੀਂ ਇਹ ਨਹੀਂ ਮੈਂ ਕਹਿ ਸਕਦਾ। ਕਹਿੰਦਾ, ਫਿਰ ਨਫ਼ਰਤ ਕਰਦੇ ਹਾਂ ਨਾ? ਆਹ ਧਿਆਨ ਨਾਲ ਸੁਣਿਆ, ਇੱਕ ਮਿੰਟ ਵੱਧ ਲੈਣ ਲੱਗਾ, ਸਮਾਪਤੀ ਕਰਾਂ। ਫਿਰ ਨਫ਼ਰਤ ਹੀ ਕਰਦੇ ਨਾ, ਜਾਂ ਕਹਿ ਮੇਰੇ ਨਾਲ ਚੱਲ। ਹੁਣ ਇਹੋ ਜਿਹੀ ਗੱਲ ਤੁਹਾਡੇ ਇੱਥੇ ਬਾਹਰਲੀਆਂ ਸਟੇਜਾਂ 'ਤੇ ਕਹਿ ਕੇ ਨਿਰਾ ਸਿਆਪਾ ਪਾਉਣ ਵਾਲੀ ਗੱਲ ਆ ਨਾ, ਕਹਿਣਾ ਲੈ ਸਿੱਖਾਂ ਦਾ ਪ੍ਰਚਾਰਕ ਹੋਵੇ, ਕਿਹਦੀਆਂ ਗੱਲਾਂ ਕਰਦਾ। ਪਰ ਬਾਣੀ ਦੀ ਵਿਚਾਰ ਦੇ ਵਿੱਚ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀ, ਬੜੀ ਉੱਚੀ ਦ੍ਰਿਸ਼ਟੀ ਸਾਡੀ, ਬੜੀ ਨੀਵੀਂ ਨਿਗਾਹ। ਸੰਤਾਂ ਨੂੰ ਕਹਿੰਦਾ, ਮਹਾਰਾਜ ਕ੍ਰਿਸ਼ਨ ਜੀ ਨਾਲ ਨਫ਼ਰਤ ਆ? ਕਹਿੰਦੇ, ਨਹੀਂ ਭਰਾ, ਸਾਡੀ ਕਿਸੇ ਨਾਲ ਨਫ਼ਰਤ ਨਹੀਂ। ਜੇ ਕ੍ਰਿਸ਼ਨ ਨਾਲ ਨਫ਼ਰਤ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ 'ਚ ਇਹ ਗੱਲ ਕਿਉਂ ਲਿਖੀ ਮਹਾਰਾਜ ਨੇ? ਧੰਨ ਧੰਨ ਮਾਤਾ ਦੇਵਕੀ ਜਹਾਂ ਖੇਲੇ ਸ੍ਰੀ ਰਮਈਆ ਪਤੀ, ਲਿਖਿਆ ਕਿ ਨਹੀਂ ਗੁਰੂ ਗ੍ਰੰਥ ਸਾਹਿਬ? ਧੰਨ ਧੰਨ ਬਨ ਖੰਡ ਬਿੰਦਰਾ ਬਣਾ ਜਹਾਂ ਖੇਲੇ ਸ੍ਰੀ ਨਾਰਾਇਣ। ਤਾਂ ਕਹਿੰਦਾ, ਫਿਰ ਤੁਸੀਂ ਵਾਹਿਗੁਰੂ ਛੱਡ ਕੇ ਕਹੋ ਮੇਰੇ ਪਿੱਛੇ ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ ਹਰੇ ਰਾਮ 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 ਹਰੇ ਹਰੇ ਹਰੇ। 16 ਮੰਤਰ ਆ, ਅੱਖਰਾਂ ਮੰਤਰ ਆ ਨਾ ਇਹਨਾਂ ਦਾ ਬਹੁਤ ਵੱਡਾ। ਉਹ ਕਹਿੰਦਾ, ਇਹ ਨਹੀਂ ਮੈਂ ਕਹਿਣਾ, ਪਰ ਮੈਂ ਤਾਂ ਇਹੀ ਕਹੂੰਗਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਮੈਂ ਤਾਂ ਇਹੀ ਕਹੂੰਗਾ, ਵਾਹਿਗੁਰੂ ਵਾਹਿਗੁਰੂ। ਕਹਿੰਦਾ, ਫਿਰ ਆਹ ਤੇ ਸਿਆਪਾ, ਆਹ ਨਫ਼ਰਤ ਆ ਤੇਰੇ ਮਨ 'ਚ? ਕਹਿੰਦੇ, ਨਫ਼ਰਤ ਨਹੀਂ। ਕਹਿੰਦਾ, ਫਿਰ ਕੀ ਆ? ਕਹਿੰਦਾ, ਤੂੰ ਕਿਤੇ ਬਾਣੀ ਪੜ੍ਹੀ? ਸੰਤ ਕਹਿੰਦੇ, ਤੂੰ ਬਾਣੀ ਪੜ੍ਹੀ ਆ? ਕਹਿੰਦਾ ਜੀ, ਨਹੀਂ। ਕਹਿੰਦੇ, ਇੱਕ ਸ਼ਬਦ ਆਉਣਾ, ਸਤਯੁਗ ਤੈ ਮਾਣਿਓ ਛਲਿਓ ਬਲ ਬਾਹਨ ਪਾਵ। ਸਤਯੁਗ ਦੇ ਵਿੱਚ ਦੁਨੀਆਂ ਨੂੰ ਤਾਰਨ ਵਾਸਤੇ ਬਾਵਨ ਅਵਤਾਰ ਆਇਆ ਸੀ। ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ। ਤ੍ਰੇਤੇ ਵਿੱਚ ਦੁਨੀਆਂ ਨੂੰ ਤਾਰਨ ਵਾਸਤੇ ਰਾਮ ਆਇਆ ਸੀ।
ਦੁਆਪਰ ਕ੍ਰਿਸ਼ਨ ਮਰਾਰ, ਦੁਆਪਰ ਦੇ ਵਿੱਚ ਕ੍ਰਿਸ਼ਨ ਆਏ ਸਨ ਤੇ ਕਾਲਯੁਗ ਵਿੱਚ, ਬੋਲੋ ਸਾਰੇ ਬੋਲੋ, ਕਾਲਯੁਗ ਚ ਕੌਣ? ਧੰਨ ਗੁਰੂ ਨਾਨਕ ਦੇਵ ਸਾਹਿਬ ਆਏ ਸਨ। ਤੁਸੀਂ ਤੇ ਏਦਾਂ ਚੁੱਪ ਕਰਕੇ ਜਿੱਦਾਂ ਮੇਰੀ ਰਿਕਾਰਡਿੰਗ ਕਰਕੇ ਮੈਨੂੰ ਛਾਪੇ ਚ ਪਾਉਣਾ ਹੁੰਦਾ, ਬੋਲਦਾ ਹੀ ਕੋਈ ਨਹੀਂ। ਕਾਲਯੁਗ ਚ ਕੌਣ ਆਇਆ? ਗੁਰੂ ਨਾਨਕ। ਜੇ ਤਾਂ ਮੈਂ ਜੰਮਾ ਸਤਯੁਗ ਚ, ਫਿਰ ਮੈਂ 52 ਦਾ ਸਿਮਰਨ ਕਰੂੰਗਾ ਜੀ। ਜੇ ਮੈਂ ਜੰਮਿਆ ਤ੍ਰੇਤੇ ਚ, ਫਿਰ ਮੈਂ ਚਾਹ ਰਾਮ ਦਾ ਸਿਮਰਨ ਕਰੂੰਗਾ। ਜੇ ਮੈਂ ਜੰਮਾ ਦੁਆਪਰ ਚ, ਮੈਂ ਕ੍ਰਿਸ਼ਨ ਨੂੰ ਯਾਦ ਕਰ ਲਾਂ। ਜਦੋਂ ਮੈਂ ਜੰਮਿਆ ਹੀ ਕਾਲਯੁਗ ਚ, ਤੇ ਕਾਲਯੁਗ ਚ ਰੱਬ ਦੀ ਗੱਦੀ ਤੇ ਕੌਣ ਬੈਠਾ ਵਾ? ਧੰਨ ਗੁਰੂ ਨਾਨਕ ਦੇਵ ਸਾਹਿਬ। ਇਸ ਕਰਕੇ ਮੈਂ ਗੁਰੂ ਨਾਨਕ ਨੂੰ ਛੱਡ ਕੇ ਹੋਰ ਕਿਸੇ ਦਾ ਸਿਮਰਨ ਨਹੀਂ ਕਰ ਸਕਦਾ। ਤੇ ਸੱਜਣਾ, ਜਿਹੜਾ ਰਾਜਾ ਹੋਵੇ ਨਾ, ਰਾਜਾ ਆ ਸਾਰੇ ਧਰਮਾਂ ਨੂੰ ਗੱਲ ਦੱਸ ਦੋ, ਜਿਹੜਾ ਰਾਜਾ ਹੋਵੇ ਮੋਹਰ ਉਹਦੀ ਚੱਲਦੀ ਆ, ਮਰੇ ਰਾਜੇ ਦੀ ਮੋਹਰ ਨਹੀਂ ਚੱਲਦੀ। ਅੱਜ ਗੁਰੂ, ਅੱਜ ਰੱਬ ਦੀ ਗੱਦੀ ਤੇ ਗੁਰੂ ਨਾਨਕ ਬੈਠਾ ਵਾ। ਇਸ ਕਰਕੇ ਕੱਲਾ ਮੈਂ ਨਹੀਂ, ਤੂੰ ਵੀ ਕਹਿ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਜਿੰਨੇ ਹਿੰਦੂ ਆ ਉਹ ਵੀ ਕਹਿਣ ਧੰਨ ਗੁਰੂ ਨਾਨਕ, ਜਿੰਨੇ ਮੁਸਲਮਾਨ ਆ ਉਹ ਵੀ ਕਹਿਣ ਧੰਨ ਗੁਰੂ ਨਾਨਕ। ਕਿਉਂ? ਇਸ ਟਾਈਮ ਸ੍ਰੀ ਗੁਰੂ ਰਾਜ ਅਬ ਚੱਲ ਅਟਲ, ਪਿਛਲੇ ਰਾਜੇ ਰਹਿ ਗਏ ਗੱਦੀ ਤੋਂ, ਪਰ ਹੁਣ ਵਾਲਾ ਲੈਣਾ ਨਹੀਂ, ਅਟਲ ਰਹੂਗਾ। ਆਦਿ ਪੁਰਖ ਫਰਮਾਇਓ, ਇਹ ਗੱਲ ਕਿੰਨੇ ਕਹੀ ਆ? ਰੱਬ ਨੇ ਕਹੀ ਆ ਵੀ ਮੇਰੀ ਗੱਦੀ ਤੇ ਗੁਰੂ ਨਾਨਕ ਬੈਠਾ, ਉਹਦੇ ਸੈਨ ਕਰਾ ਕੇ ਆਈ, ਭਾਵੇਂ ਤੂੰ ਕਿਸੇ ਵੀ ਧਰਮ ਦਾ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਲੇਖਾ ਕਤੇ ਨਾ ਛੁੱਟੀਏ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ। ਦੁਰੇ ਰਹੋ ਨੈ ਜਾਣ ਸਕਹਿ ਸਭ, ਜਿਸ ਪਰ ਆਪ ਹੋ ਤੇ ਅਨੁਕੂਲ, ਸੋ ਰਾਵਰ ਕੋ ਰੂਪ ਪਛਾਨ ਹੈ, ਏਕ ਤੁਹੀ ਸਭ ਜਗ ਕੋ ਮੂਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।